ਓਪਰੇਸ਼ਨ ਬਲੂ ਸਟਾਰ ਦੇ ਨਾਮ ਦੇ ਨਾਲ ਇਹ ਜਾਣਿਆ ਜਾਂਦਾ ਉਦੋਂ ਪਹਿਲਾਂ ਕੀ ਹੋਇਆ ਉਸ ਤੋਂ ਬਾਅਦ ਕੀ ਹੋਇਆ 92 93 94 ਤੱਕ ਕੀ ਕੁਝ ਹੁੰਦਾ ਰਿਹਾ ਉਹ ਗੱਲਾਂ ਕਈ ਲੋਕ ਕਹਿੰਦੇ ਆ ਕਿ ਉਹ ਭੁੱਲ ਜਾਣੀਆਂ ਚਾਹੀਦੀਆਂ ਬਹੁਤ ਪੁਰਾਣੀਆਂ ਹੋ ਗਈਆਂ ਪਰ ਆਈ ਥਿੰਕ ਉਹਨਾਂ ਨੂੰ ਯਾਦ ਰੱਖਣਾ ਇਸ ਕਰਕੇ ਜ਼ਰੂਰੀ ਹੈ ਕਿ ਕਿਹੜੇ ਲੋਕ ਉਹਦੇ ਵਾਸਤੇ ਜ਼ਿੰਮੇਵਾਰ ਸਨ ਹਾਂ ਅੱਜ ਸਿੱਖ ਭਾਈਚਾਰਾ ਸਿੱਖੀ ਪ੍ਰਚਾਰ ਪੱਖੋਂ ਪਛੜ ਗਿਆ ਇਸੇ ਕਰਕੇ ਨਵੀਂ ਪੀੜ੍ਹੀ ਜਿਹੜੀ ਆ ਉਹ ਦੂਰ ਹੋ ਰਹੀ ਆ ਬੜੀ ਤੇਜ਼ੀ ਦੇ ਨਾਲ ਸਿੱਖੀ ਤੋਂ 328 ਸਰੂਪ ਗਵਾਚ ਗਏ ਗੁਰੂ ਗ੍ਰੰਥ ਸਾਹਿਬ ਦੇ ਉਹ ਕਿੱਥੇ ਨੇ ਉਹ ਕਿਉਂ ਗੋਲ ਮੋਲ ਗੱਲ ਕਰ ਦਿੱਤੀ ਗਈ ਕਿਤਾਬਾਂ ਦੀ ਜਗ੍ਹਾ ਹਥਿਆਰ ਆ ਗਏ ਸਕੂਲਾਂ ਦੀ ਜਗ੍ਹਾ ਸ਼ੂਟਿੰਗ ਰੇਂਜ ਆ ਗਈਆਂ ਫਿਰ ਤਾਂ ਅਫਗਾਨਿਸਤਾਨ ਬਣ ਗਿਆ ਜਾਂ ਬਣ ਜਾਊਗਾ ਫਿਰ ਕੀ ਉਹਦੇ ਨਾਲ ਸਿੱਖੀ ਦਾ ਪ੍ਰਚਾਰ ਹੋਊਗਾ ਜਥੇਦਾਰ ਸਾਹਿਬ ਕਹਿੰਦੇ ਆਧੁਨਿਕ ਹਥਿਆਰ ਲੈ ਲਓ ਤੇ ਸ਼ੂਟਿੰਗ ਰੇਂਜ ਖੋਲ ਦਿਓ ਜਦੋਂ ਹਥਿਆਰ ਕੋਲੇ ਹੋਗੇ ਤੇ ਪੰਜਾਬ ਦਾ ਸੁਭਾਅ ਕੀ ਆ ਜਥੇਦਾਰ ਸਾਹਿਬ ਨੂੰ ਪਤਾ ਨਹੀਂ ਲੋਕਾਂ ਨੇ ਡੱਬ ਚ ਪਿਸਤੌਲ ਪਾਏ ਹੋਇਆ ਜਦੋਂ ਚਾਰ ਪੈਗ ਗਏ ਅੰਦਰ ਤੇ ਪਿਸਤੌਲ ਬਾਹਰ ਇਹ ਕੀ ਪਤਾ ਕਿ ਗੋਲੀ ਉਹਦੇ ਵਿੱਚੋਂ ਨਿਕਲੀ ਹੋਈ ਕਿਹਨੂੰ ਵੱਜ ਜਾਣੀ ਆ ਕਿਹਾ ਜਾਂਦਾ ਕਿ ਇਹਦਾ ਮੂਸੇ ਵਾਲੇ ਦਾ ਮੈਨੇਜਰ ਸੀ ਜਿਹੜਾ ਕਿ ਆਸਟ੍ਰੇਲੀਆ ਦੇ ਵਿੱਚ ਭੱਜ ਗਿਆ ਉਹਨੇ ਵੀ ਰੇਕੀ ਕਰਵਾਈ ਸੀਗੀ ਮਿੱਡੂ ਖੇੜੇ ਦੀ ਉਹ ਵੀ ਸ਼ਮੂਲੀਅਤ ਆ ਉਹਦੀ ਹੋ ਜਾਂਦੀ ਆ ਨਾ ਜਿਹੜੇ ਟੇਡੇ ਨਹੀਂ ਸਿੱਧੇ ਢੰਗ ਦੇ ਨਾਲ ਸ਼ਮੂਲੀਅਤ ਹੋ ਜਾਂਦੀ ਆ ਇਹ ਪਵਾੜਾ ਅਸਲ ਦੇ ਵਿੱਚ ਉਹਦੇ ਤੋਂ ਹੀ ਪਿਆ ਬੋਤਾ ਕਿੰਨੇ ਸੂਬਿਆਂ ਦੇ ਸ਼ਾਰਕ ਟੁਟਰ ਇਹਦੇ ਵਿੱਚ ਸ਼ਾਮਲ ਨੇ ਇਹਦਾ ਮਤਲਬ ਇਹ ਕਿ ਕਿੰਨੇ ਸੂਬਿਆਂ ਤੋਂ ਇਹ ਜਿਹੜੇ ਗੈਂਗ ਆ ਉਹ ਸਾਰੇ ਚੱਲਦੇ ਨੇ ਇਹ ਸਿਰਫ ਪੰਜਾਬ ਤੋਂ ਨਹੀਂ ਹੈਗੇ ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਹੱਤਿਆਕਾਂਡ ਦਾ ਮਾਸਟਰਮਾਈਂਡ ਸਚਨ ਬਿਸ਼नोई ਨੂੰ ਮੰਨਿਆ ਪੁਲਿਸ ਦਾ ਇਹ ਕਹਿਣਾ ਕਿ ਮੂਸੇ ਵਾਲੇ ਦੀ ਹੱਤਿਆ ਦੀ ਪੂਰੀ ਸਾਜ਼ਿਸ਼ ਸਚਨ ਨੇ ਰਚੀ ਬੇਸ਼ਕੇ ਗਦਾਰੋਂ ਕੋ ਗੋਲੀ ਮਾਰੋ ਸਾਲੋਂ ਕੋ ਉਹਨਾਂ ਦੇ ਉੱਤੇ ਕੋਈ ਮਾਮਲਾ ਥੋੜੀ ਦਰਜ ਹੁੰਦਾ ਕੁਝ ਅਹੁਦੇ ਮਿਲਦੇ ਆ ਉਹਨਾਂ ਦੇ ਉੱਤੇ ਮਾਮਲਾ ਨਹੀਂ ਦਰਜ ਹੁੰਦਾ ਫਿਰ ਬਾਕੀ ਵੀ ਸੋਚਦੇ ਆ ਵੀ ਜੇ ਇਦਾਂ ਤਰੱਕੀ ਮਿਲ ਸਕਦੀ ਆ ਸਿਆਸਤ ਦੇ ਵਿੱਚ ਤੇ ਇਦਾਂ ਦਾ ਨਾਰਾ ਅਸੀਂ ਵੀ ਕੋਈ ਘੜੀਏ ਸਤਿ ਸ਼੍ਰੀ ਅਕਾਲ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਸੱਚੀਆਂ ਤੇ ਖਰੀਆਂ ਪੰਨੂਆਂ ਦੀਆਂ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਅੱਜ ਦੇ ਪ੍ਰੋਗਰਾਮ 'ਚ ਲਵਾਂਗੇ ਕੁਝ ਖਾਸ ਅਹਿਮ ਖਬਰਾਂ ਗੱਲ ਕਰਾਂਗੇ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਨਾਲ ਜੁੜੇ ਹੋਏ ਕੁਝ ਖੁਲਾਸਿਆਂ ਦੀ ਗੱਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਮੁਰਮੁਰ ਇੱਕੋ বীਣ ਵਜਾਉਣ ਤੇ ਵੀ ਕਰਾਂਗੇ ਤੇ ਭਾਜਪਾਈ ਆਗੂਆਂ ਦੀਆਂ ਵੀ ਕੁਝ ਤਾਰਾ ਸ਼ੁਰੂ ਕਰਾਂਗੇ ਮੇਰੇ ਨਾਲ ਇਸ ਵੇਲੇ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਬਲਤੇਜ ਪੰਨੋਹਰੀ ਸਭ ਤੋਂ ਪਹਿਲਾਂ ਪੰਨੂ ਸਾਹਿਬ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ 'ਚ ਬਹੁਤ ਮ ਪੰਨੂ ਸਭ 6 ਜੂਨ ਹੈ ਕੱਲੂ ਕਾਰਾ ਦਿਵਸ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੌਮ ਨੂੰ ਸੰਬੋਧਨ ਕਰਦੇ ਨੇ ਮੁਰਮੜ ਉਹੋ ਵੀਨ ਵਜਾਉਂਦੇ ਨੇ ਹਥਿਆਰਾਂ ਵਾਲੀ ਗੱਲ ਕਰਦੇ ਨੇ ਤੇ ਕਹਿੰਦੇ ਨੇ ਕਿ ਸਖਲਾਈ ਅਸੀਂ ਲੋਕਸ਼ਪਕੇ ਨਹੀਂ ਦੇਣੀ ਅਸੀਂ ਦੇਣੀ ਆ ਜੀ ਸ਼ਰੇ ਆਮ ਸਖਲਾਈ ਕੀ ਕਹਿਣਾ ਚਾਹੁੰਦੇ ਹੋ ਜੀ ਉਹਨਾਂ ਦੇ ਬਿਆਨ ਬਾਰੇ ਦੇਖੋ ਪਹਿਲੀ ਤੇ ਗੱਲ 6 ਜੂਨ ਆਇਆ ਇਹ 38 ਸਾਲ ਪਹਿਲਾਂ ਸਾਕਾ ਨੀਲਾ ਤਾਰਾ ਅਸੀਂ ਬਲੂ ਸਟਾਰ ਰੀਸਨ ਬਲੂ ਸਟਾਰ ਦੇ ਨਾਮ ਦੇ ਨਾਲ ਇਹ ਜਾਣਿਆ ਜਾਂਦਾ ਉਦੋਂ ਪਹਿਲਾਂ ਕੀ ਹੋਇਆ ਉਸ ਤੋਂ ਬਾਅਦ ਕੀ ਹੋਇਆ 92 93 94 ਤੱਕ ਕੀ ਕੁਝ ਹੁੰਦਾ ਰਿਹਾ ਉਹ ਗੱਲਾਂ ਕਈ ਲੋਕ ਕਹਿੰਦੇ ਆ ਕਿ ਉਹ ਭੁੱਲ ਜਾਣੀਆਂ ਚਾਹੀਦੀਆਂ ਬਹੁਤ ਪੁਰਾਣੀਆਂ ਹੋ ਗਈਆਂ ਪਰ ਆਈ ਥਿੰਕ ਉਹਨਾਂ ਨੂੰ ਯਾਦ ਰੱਖਣਾ ਇਸ ਕਰਕੇ ਜ਼ਰੂਰੀ ਆ ਕਿ ਕਿਹੜੇ ਲੋਕ ਉਹਦੇ ਵਾਸਤੇ ਜ਼ਿੰਮੇਵਾਰ ਸਨ ਉਹ ਜੀ ਸਥਿਤੀ ਪੈਦਾ ਕਰਨ ਦੇ ਵਾਸਤੇ ਤੇ ਜਿਨ੍ਹਾਂ ਨੇ ਇਹ ਆਪਰੇਸ਼ਨ ਬਲੂ ਸਟਾਰ ਕੀਤਾ ਉਹਨਾਂ ਦੀ ਸਰਕਾਰ ਕਿਉਂਕਿ ਇਹਦੇ ਤੋਂ ਬਿਨਾਂ ਵੀ ਆਪਸ਼ਨਸ ਹੋ ਸਕਦੀਆਂ ਸੀ ਪਰ ਉਹ ਅਪਣਾਈਆਂ ਨਹੀਂ ਗਈਆਂ। ਜਥੇਦਾਰ ਅਕਾਲ ਤਖਤ ਹਰਪ੍ਰੀਤ ਸਿੰਘ ਪੀ ਐਚ ਡੀ ਉਹਨਾਂ ਨੇ ਅੱਜ ਫੇਰ ਜਿਹੜਾ ਕੌਮ ਦੇ ਨਾਂ ਸੰਬੋਧਨ ਕੀਤਾ ਕੁਝ ਗੱਲਾਂ ਉਹਨਾਂ ਨੇ ਬਹੁਤ ਚੰਗੀਆਂ ਆਖੀਆਂ। ਉਹਨਾਂ ਨੇ ਇੱਕ ਤਾਂ ਪ੍ਰਚਾਰ ਦੀ ਗੱਲ ਆਖੀ ਕਿ ਸਿੱਖੀ ਦਾ ਪ੍ਰਚਾਰ ਕਰਨ ਦੀ ਜ਼ਰੂਰਤ ਹੈ। ਉਹਨਾਂ ਨੇ ਸਿੱਖ ਪ੍ਰਚਾਰਕਾਂ ਖਾਸ ਤੌਰ ਦੇ ਉੱਤੇ ਸੰਪਰਦਾਵਾਂ ਉਹਨਾਂ ਨੂੰ ਇਹ ਗੱਲ ਕਹੀ ਕਿ ਏਸੀ ਕਮਰਿਆਂ ਦੇ ਵਿੱਚੋਂ ਨਿਕਲ ਕੇ ਉਹ ਪਿੰਡਾਂ ਤੱਕ ਜਾਣ ਸਿੱਖੀ ਦਾ ਪ੍ਰਚਾਰ ਕਰਨ ਇਹ ਬਿਲਕੁਲ ਸਹੀ ਹੈ ਕਿ ਆ ਅੱਜ ਸਿੱਖ ਭਾਈਚਾਰਾ ਸਿੱਖੀ ਪ੍ਰਚਾਰ ਪੱਖੋਂ ਪਛੜ ਗਿਆ ਇਸੇ ਕਰਕੇ ਨਵੀਂ ਪੀੜ੍ਹੀ ਜਿਹੜੀ ਆ ਉਹ ਦੂਰ ਹੋ ਰਹੀ ਆ ਬੜੀ ਤੇਜ਼ੀ ਦੇ ਨਾਲ ਸਿੱਖੀ ਤੋਂ ਜੋ ਮੱਥਾ ਵੀ ਟੇਕਣ ਜਾਂਦੇ ਆ ਤੇ ਉਹ ਮੱਥਾ ਟੇਕਣ ਤੱਕ ਸੀਮਤ ਹੈ ਸਿੱਧੇ ਦੇ ਲਫ਼ਜ਼ਾਂ ਦੇ ਵਿੱਚ ਗੁਰਨਾਨਕ ਨੂੰ ਮੰਨਣ ਵਾਲੇ ਬਹੁਤ ਨੇ ਗੁਰਨਾਨਕ ਦੀ ਮੰਨਣ ਵਾਲੇ ਲਗਾਤਾਰ ਕਟ ਗਏ ਅਸਲ ਦੇ ਵਿੱਚੋਂ ਉਥੋਂ ਹੀ ਬਹੁਤਾ ਕੁਝ ਜਿਹੜਾ ਉਹ ਨਿਕਲਿਆ ਹੋਇਆ ਜਿਹੜਾ ਦਰਬਾਰ ਸਾਹਿਬ ਹੀ ਹੈ ਜੇ ਆਪਾਂ ਦਰਬਾਰ ਸਾਹਿਬ ਦੀ ਗੱਲ ਹੀ ਕਰੀਏ ਉਹ ਜਿੰਨੀਆਂ ਕਿ ਉਥੇ ਪ੍ਰੋਬਲਮਸ ਆ ਰਹੀਆਂ ਨੇ ਪਿਛਲੇ ਦਿਨਾਂ ਤੋਂ ਵੀ ਉਹਨੂੰ ਟੂਰਿਸਟ ਪਲੇਸ ਦੇ ਤੌਰ ਦੇ ਉੱਤੇ ਪ੍ਰਚਾਰ ਦਿੱਤਾ ਗਿਆ ਵੀ ਉਥੇ ਕਿੰਨੇ ਲੱਖ ਸੰਗਤ ਆਉਂਦੀ ਹੈ ਜੀ ਕਿਸ ਤਰੀਕੇ ਨਾਲ ਉਹਨਾਂ ਨੂੰ ਹੈਂਡਲ ਕੀਤਾ ਜਾਂਦਾ ਉਹ ਟੂਰਿਸਟ ਪਲੇਸ ਨਹੀਂਗਾ ਉਹ ਤਾਂ ਇੱਕ ਇਸ ਤਰ੍ਹਾਂ ਦੀ ਜਗ੍ਹਾ ਹੈ ਜਿੱਥੇ ਆਤਮਿਕ ਸ਼ਾਂਤੀ ਦੇ ਵਾਸਤੇ ਜਾਇਆ ਜਾਂਦਾ ਇਹ ਜ਼ਰੂਰੀ ਨਹੀਂ ਕਿ ਕਿੰਨੇ ਲੱਖ ਬੰਦਾ ਉੱਥੇ ਆਉਂਦਾ ਕਿੰਨੇ ਕਮਿਟਿਡ ਲੋਕ ਆਉਂਦੇ ਨੇ ਇਹ ਗਿਣਤੀ ਹੋਣੀ ਚਾਹੀਦੀ ਹੈ ਉੱਥੇ ਲਗਾਤਾਰ ਤਬਦੀਲੀਆਂ ਵੀ ਕੀਤੀਆਂ ਗਈਆਂ ਪਿਛਲੇ ਸਮਿਆਂ ਦੇ ਦੌਰਾਨ ਵੱਖ-ਵੱਖ ਸਕੈਂਡਲ ਵੀ ਸਾਹਮਣੇ ਆਉਂਦੇ ਰਹੇ ਮੈਂ ਸਮਝਦਾ ਕਿ ਅੱਜ ਜਦੋਂ ਆਪਾਂ ਸਾਕਾ ਨੀਲਾ ਤਾਰਾ ਦੀ ਗੱਲ ਕਰ ਰਹੇ ਹਾਂ ਤੇ ਇਹ ਗੱਲ ਕਰਨੀ ਵੀ ਜ਼ਰੂਰੀ ਆ ਕਿ ਉਹ ਸਮਾਨ ਕਿੱਥੇ ਗਿਆ ਜਿਹੜਾ ਫੌਜ ਚੁੱਕ ਕੇ ਲੈ ਗਈ ਸੀ ਤੇ ਉਹ ਸਮਾਨ ਫੌਜ ਨੇ ਜਾਂ ਕੇਂਦਰ ਦੇ ਗ੍ਰਹਿ ਮੰਤਰਾਲੇ ਨੇ ਵਾਪਸ ਕਰ ਦਿੱਤਾ ਸੀਗਾ ਜਿਹੜੀ ਚਿੱਠੀ ਗ੍ਰਹਿ ਮੰਤਰੀ ਨੇ ਸੁਖਬੀਰ ਸਿੰਘ ਬਾਦਲਹਰਾਂ ਨੂੰ ਲਿਖੀ ਸੀ ਉਹਦੇ ਸੰਦਰਭ ਦੇ ਵਿੱਚ ਇੱਕ ਕਮੇਟੀ ਬਣਾਈ ਗਈ ਸੀ ਇਹ ਕਮੇਟੀ ਕਿਰਪਾਲ ਸਿੰਘ ਬੰਡੂਗਰ ਹਰਾਂ ਦੀ ਅਗਵਾਈ ਦੇ ਵਿੱਚ ਬਣੀ ਸੀ ਕਿ ਲੱਭੂਗੀ ਕਿ ਉਹ ਸਮਾਨ ਜਦੋਂ ਆਇਆ ਤਾਂ ਉਹਨੂੰ ਰিসিਵ ਕਿਹਨੇ ਕੀਤਾ ਰিসিਵ ਕਰਨ ਵਾਲਾ ਕੌਣ ਸੀ ਕਿਉਂਕਿ ਉਹਦੇ ਵਿੱਚੋਂ ਕੋਈ ਸਮਾਨ ਦਰਬਾਰ ਸਾਹਿਬ ਸਮੂਚ ਹੈ ਨਹੀਂਗਾ ਉਹਦੇ ਵਿੱਚ ਹੱਥ ਲਿਖਤ ਬੀੜਾ ਨੇ ਉਹਦੇ ਵਿੱਚ ਹੁਕਮਨਾਮੇ ਨੇ ਉਹਦੇ ਵਿੱਚ ਇਸ ਤਰ੍ਹਾਂ ਦਾ ਸਮਾਨ ਹੈ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਜਿਹਦੀ ਕੀਮਤ ਹੀ ਕੋਈ ਨਹੀਂ ਜਿਹਦਾ ਤੋੜ ਕੋਈ ਨਹੀਂ ਉਹਦੇ ਬਾਰੇ ਦੇ ਵਿੱਚ ਜਥੇਦਾਰ ਚੁੱਪ ਰਹੇ ਉਹਦੇ ਬਾਰੇ ਦੇ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁੱਪ ਐ ਅੱਜ ਦੇ ਦਿਨ ਹੀ ਜਥੇਦਾਰ ਪੁੱਛ ਲੈਂਦੇ ਵੀ ਉਹ ਪਤਾ ਕਰੋ ਸਮਾਨ ਕਿੱਥੇ ਆ 328 ਸਰੂਪ ਗਵਾਚ ਗਏ ਗੁਰੂ ਗ੍ਰੰਥ ਸਾਹਿਬ ਦੇ ਉਹ ਕਿੱਥੇ ਨੇ ਉਹ ਕਿਉਂ ਗੋਲ ਮੋਲ ਗੱਲ ਕਰ ਦਿੱਤੀ ਗਈ ਜਥੇਦਾਰ ਸਾਹਿਬ ਤਾਂ ਇਸ ਮਾਮਲੇ ਦੇ ਉੱਤੇ ਵੀ ਚੁੱਪ ਨੇ ਕਿ ਜਿਹੜੀ ਉਹ ਸੀਟ ਤੇ ਬੈਠੇ ਨੇ ਇੱਥੇ ਬੈਠੇ ਉਹਨਾਂ ਤੋਂ ਪਹਿਲੇ ਵਾਲੇ ਗੁਰਵਜਨ ਸਿੰਘ ਹੋਰਾਂ ਨੇ ਬਿਨਾ ਮੰਗੇ ਤੋਂ ਮੁਆਫੀ ਸਰਸੇ ਵਾਲੇ ਨੂੰ ਕਿਉਂ ਦਿੱਤੀ ਸੀ ਤੇ ਇਸ ਤਿਹਾਰ 90 ਲੱਖ ਤੋਂ ਉੱਪਰ ਦੇ ਉਹਨੂੰ ਜਸਟੀਫਾਈ ਕਰਨ ਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਉਂ ਦਿੱਤੇ ਸੀ ਉਹਨਾਂ ਨੇ ਪੁੱਛਿਆ ਨਾ ਉਹਨਾਂ ਨੇ ਸਵਾਲ ਕੀਤਾ ਜਿਹੜੀ ਗੱਲ ਉਹਨਾਂ ਨੇ ਸਿੱਖੀ ਦੇ ਪ੍ਰਚਾਰ ਦੀ ਆਖੀ ਉਹ ਠੀਕ ਹੈ ਜਿਹੜੀ ਅਗਲੀ ਗੱਲ ਉਹ ਕਰਗੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਆਖਿਆ ਸੀ ਕਿ ਸਿੱਖਾਂ ਨੂੰ ਲਾਇਸੈਂਸ ਲੈਣੇ ਚਾਹੀਦੇ ਆ ਤੇ ਆਧੁਨਿਕ ਹਥਿਆਰ ਰੱਖਣੇ ਚਾਹੀਦੇ ਆ ਅੱਜ ਦੋ ਪੈਰ ਹੋਰ ਗਾਂ ਚਲੇਗੇ ਕਿਹਦੇ ਕਿ ਇਹਦੇ ਵਾਸਤੇ ਸਾਨੂੰ ਸ਼ੂਟਿੰਗ ਰੇਂਜ ਬਣਾਉਣੀਆਂ ਚਾਹੀਦੀਆਂ ਨੇ ਹਥਿਆਰਾਂ ਦੀ ਟ੍ਰੇਨਿੰਗ ਦੇਣੀ ਚਾਹੀਦੀ ਆ ਨਵੀਂ ਪੀੜੀ ਨੂੰ ਗੱਤਕੇ ਦੀਆਂ ਅਕੈਡਮੀਆ ਹੋਣੀਆਂ ਚਾਹੀਦੀਆਂ ਨੇ ਗੱਤਕੇ ਤੇ ਆਧੁਨਿਕ ਹਥਿਆਰਾਂ ਨੂੰ ਇੱਕ ਦੂਜੇ ਦੇ ਨਾਲ ਜੋੜਿਆ ਨਹੀਂ ਜਾ ਸਕਦਾ ਗੱਤਕਾ ਜਿਹੜਾ ਹੈ ਉਹ ਜਿਹੜੇ ਖਾਲਸੇ ਦੇ ਬੋਲਬਾਲੇ ਉਹਦੇ ਨਾਲ ਜੁੜਿਆ ਹੋਇਆ ਉਹ ਹੈ ਕਿ ਜਦੋਂ ਗੁਰੂ ਸਾਹਿਬ ਦੇ ਵੇੜੇ ਜਾਂ ਉਸ ਤੋਂ ਬਾਅਦ ਜਿਹੜੀਆਂ ਗੁਰੂਕੀਆਂ ਲਾਡਲੀਆਂ ਫੌਜਾਂ ਨੇ ਨਿਹੰਗ ਸਿੰਘ ਉਹ ਇਹਨੂੰ ਸੈਲਫ ਡਿਫੈਂਸ ਦੇ ਵਾਸਤੇ ਵਰਤਦੇ ਸਨ ਜਿਵੇਂ ਦੂਸਰੀਆਂ ਖੇਡਾਂ ਨੇ ਉਹ ਖੇਡਾਂ ਦੇ ਟਾਈਪ ਦੇ ਵਿੱਚ ਹੈ ਚਲੋ ਉਹਨੂੰ ਉਹ ਰਵਾਇਤਾਂ ਜ਼ਰੂਰ ਕਾਇਮ ਰਹਿਣੀਆਂ ਚਾਹੀਦੀਆਂ ਨੇ ਸ਼ੂਟਿੰਗ ਰੇਂਜ ਵਾਲੀ ਜਿਹੜੀ ਕਹਾਣੀ ਹੈ ਪਤਾ ਨਹੀਂ ਉਹ ਜਥੇਦਾਰ ਸਾਹਿਬ ਕਿਵੇਂ ਸੋਚਦੇ ਆ ਕਿ ਸ਼ੂਟਿੰਗ ਰੇਂਜ ਲੈ ਜਿਹੜੀਆਂ ਖੋਲੀਆਂ ਜਾਣ ਉਥੇ ਟ੍ਰੇਨਿੰਗ ਕਰਾਈ ਜਾਵੇ ਆਧੁਨਿਕ ਹਥਿਆਰ ਲੈ ਜਾਣ ਕਿਤਾਬਾਂ ਦੀ ਜਗ੍ਹਾ ਹਥਿਆਰ ਆ ਗਏ ਸਕੂਲਾਂ ਦੀ ਜਗ੍ਹਾ ਸ਼ੂਟਿੰਗ ਰੇਂਜ ਆ ਗਈਆਂ ਤੇ ਫਿਰ ਤਾਂ ਅਫਗਾਨਿਸਤਾਨ ਬਣ ਗਿਆ ਜਾਂ ਬਣ ਜਾਊਗਾ ਫਿਰ ਕੀ ਉਹਦੇ ਨਾਲ ਸਿੱਖੀ ਦਾ ਪ੍ਰਚਾਰ ਹੋਊਗਾ ਸਵਾਲ ਇਹ ਆ ਜਿਹੜੀ ਉਹ ਆਪ ਗੱਲ ਕਹਿ ਰਹੇ ਆ ਇਹ ਇਹ ਦੋ ਗੱਲਾਂ ਆਪਸ ਦੇ ਵਿੱਚ ਉਹ ਕੱਟ ਰਿਹਾ ਆਪਣੀ ਗੱਲ ਦੇ ਨਾਲ ਉਹ ਇਹ ਗੱਲ ਕਹਿੰਦੇ ਆ ਕਿ ਇਸਾਈਅਤ ਜਿਹੜੀ ਹੈ ਉਹਦਾ ਬਹੁਤ ਪ੍ਰਚਾਰ ਹੋ ਰਿਹਾ ਤੇ ਉਹ ਬੜੀ ਤੇਜ਼ੀ ਦੇ ਨਾਲ ਪਿੰਡਾਂ ਚ ਆ ਰਹੀ ਹੈ ਉਹ ਕਿਉਂ ਆ ਰਹੀ ਹੈ ਇਹ ਵੀ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਹੈ ਲੋਕ ਉਹਦੇ ਵੱਲ ਕਿਉਂ ਜਾ ਰਹੇ ਆ ਇਹ ਵੀ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਹੈ ਜਿਹੜਾ ਗਰੀਬ ਤਬਕਾ ਹੈ ਉਹਦਾ ਦੋ ਜਗ੍ਹਾ ਦੇ ਉੱਤੇ ਮੇਨ ਖਰਚਾ ਹੈ ਇੱਕ ਤਾਂ ਬੱਚਿਆਂ ਦੀ ਐਜੂਕੇਸ਼ਨ ਤੇ ਦੂਸਰਾ ਦਵਾਈਆਂ ਬਿਮਾਰੀ ਤੁਹਾੰਰੀ ਦੇ ਵੇਲੇ ਉਹ ਬੱਚਿਆਂ ਦੀ ਐਜੂਕੇਸ਼ਨ ਦੇ ਵਾਸਤੇ ਪੈਸੇ ਦਿੰਦੇ ਨੇ ਉਹ ਡਿਸਪੈਂਸਰੀਆਂ ਖੋਲ ਕੇ ਉੱਥੇ ਇਲਾਜ ਕਰਦੇ ਨੇ ਜਾਂ ਉਹਨਾਂ ਦੇ ਪੈਸੇ ਉਹ ਦਿੰਦੇ ਨੇ ਇਲਾਜ ਕਰਵਾ ਦਿੰਦੇ ਨੇ ਮੈਂ ਨਹੀਂ ਕਹਿੰਦਾ ਕਿ ਕਿਸੇ ਬੱਚੇ ਕਿਸੇ ਦੇ ਬੱਚਿਆਂ ਨੂੰ ਪੜ੍ਹਾ ਦਿਓ ਜਾਂ ਉਹਦਾ ਇਲਾਜ ਕਰਾ ਦਿਓ ਤੇ ਉਹ ਧਰਮ ਬਦਲ ਬਦਲ ਲਵੇ ਪਰ ਉਹ ਕੋਈ ਧਰਮ ਇਹ ਨਹੀਂ ਆ ਕਿ ਇਸ ਧਰਮ ਦੇ ਵਿੱਚ ਉਹਨਾਂ ਨੂੰ ਕੋਈ ਊਨਤਾ ਹੀ ਨਜ਼ਰ ਆ ਰਹੀ ਆ ਦੂਜੇ ਦੇ ਵਿੱਚ ਕੋਈ ਬਹੁਤ ਚੰਗਿਆਈ ਨਜ਼ਰ ਆ ਰਹੀ ਆ ਇਸ ਕਰਕੇ ਉਧਰ ਜਾ ਰਿਹਾ ਨਹੀਂ ਉਹ ਲੋੜਾਂ ਨੇ ਉਹਨਾਂ ਦੀ ਰੋਜ਼ ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੇ ਇੱਕ ਬਹੁਤ ਵੱਡਾ ਬਜਟ ਹੈ ਉਸ ਬਜਟ ਦੇ ਵਿੱਚੋਂ ਕੀ ਉਹਨੇ ਜਿਹੜੇ ਸਿੱਖਾਂ ਦੇ ਵਿੱਚ ਇੱਕ ਤਬਕਾ ਜਿਹੜਾ ਗਰੀਬ ਤਬਕਾ ਹੈ ਉਹਦੇ ਕਿੰਨੇ ਬੱਚਿਆਂ ਦੀ ਐਜੂਕੇਸ਼ਨ ਦਾ ਪ੍ਰਬੰਧ ਕੀਤਾ ਉਸ ਬਜਟ ਦੇ ਵਿੱਚੋਂ ਕਿੰਨੇ ਗਰੀਬ ਸਿੱਖ ਪਰਿਵਾਰਾਂ ਦੀ ਰੋਟੀ ਰੋਜ਼ੀ ਦਾ ਪ੍ਰਬੰਧ ਕੀਤਾ ਸਾਕਾ ਨੀਲਾ ਤਾਰਾ ਨੂੰ ਯਾਦ ਕਰਦੇ ਆ ਤਾਂ ਧਰਮੀ ਫੌਜੀ ਵੀ ਚੇਤੇ ਆਉਂਦੇ ਆ ਜਦੋਂ ਉਹਨਾਂ ਨੂੰ ਉਕਸਾ ਕੇ ਬੈਰਕਾਂ ਦੇ ਵਿੱਚੋਂ ਉਹ ਭਾਵਕ ਹੋਏ ਨਿਕਲੇ ਸਨ ਉਹਨਾਂ ਦੀ ਸਾਰ ਲਈ ਕਿਸੇ ਨੇ ਜੇ ਕਿਤੇ ਉਹ ਡਾਟਾ ਸਾਹਮਣੇ ਆ ਜੇ ਤੇ ਅਸਲ ਕਹਾਣੀ ਸਾਹਮਣੇ ਆ ਜਾਣੀ ਹੈ ਮੈਂ ਇੱਕ ਫੋਟੋ ਦੇਖ ਰਿਹਾ ਸੀ ਕਿਸੇ ਨੇ ਪਾਈ ਆ ਖਡੂਰ ਸਾਹਿਬ ਦੇ ਵਿੱਚ ਬਾਬਾ ਸੇਵਾ ਸਿੰਘ ਨੇ ਉਹਨਾਂ ਨੇ ਇੱਕ ਅਕੈਡਮੀ ਖੋਲੀ ਹੋਈ ਆ ਜਿੱਥੇ ਉਹ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਆ ਆਈਐਸ ਆਈਪੀਐਸ ਦੀ ਟ੍ਰੇਨਿੰਗ ਆ ਫੌਜ ਦੇ ਵਿੱਚ ਭਰਤੀ ਹੋਣ ਦੇ ਵਾਸਤੇ ਟ੍ਰੇਨਿੰਗ ਆ ਜਿਹੜੇ ਨਵੇਂ ਰੰਗ ਰੂਟ ਗਏ ਨੇ ਉਹਨਾਂ ਦੇ ਵਿੱਚੋਂ ਸਿੱਖ ਪਰਿਵਾਰਾਂ ਦੇ ਬੱਚੇ ਨੇ ਜਿਨ੍ਹਾਂ ਨੇ ਜੁਆਇਨ ਕੀਤੀ ਆ ਬਾਬਾ ਸੇਵਾ ਸਿੰਘ ਚਲਾ ਰਹੇ ਨੇ ਇਹਨੂੰ ਖਡੂਰ ਸਾਹਿਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਲਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੇ ਅਜਿਹੀ ਕੋਈ ਅਕੈਡਮੀ ਨਹੀਂ ਗਈ ਜਿਹੜੀ ਕਿ IAS ਬਣਾ ਸਕੇ IPS ਬਣਾ ਸਕੇ PPS ਬਣਾ ਸਕੇ ਇੰਜੀਨੀਅਰ ਬਣਾ ਸਕੇ ਡਾਕਟਰ ਬਣਾ ਸਕੇ ਨਹੀਂ ਹੈ ਜਥੇਦਾਰ ਸਾਹਿਬ ਕਹਿੰਦੇ ਹਥਿਆਰ ਲੈ ਲਓ ਆਧੁਨਿਕ ਹਥਿਆਰ ਲੈ ਲਓ ਤੇ ਸ਼ੂਟਿੰਗ ਰੇਂਜ ਖੋਲ ਦਿਓ ਜਦੋਂ ਹਥਿਆਰ ਕੋਲੇ ਹੋਗੇ ਤੇ ਪੰਜਾਬ ਦਾ ਸੁਭਾਅ ਕੀ ਹੈ ਜਥੇਦਾਰ ਸਾਹਿਬ ਨੂੰ ਪਤਾ ਨਹੀਂ ਜਥੇਦਾਰ ਸਾਹਿਬ ਦੀ ਸਿਕਿਉਰਿਟੀ ਘਟ ਕੀਤੀ ਹੋ ਤਾਂ ਬਹੁਤ ਤੱਤੇ ਹੋ ਗਏ ਸੀ ਇਸ ਮਾਮਲੇ ਦੇ ਤੇ ਉਹ ਤਾਂ ਸਿਕਿਉਰਿਟੀ ਲਈ ਫਿਰਦੇ ਆ ਬੰਦੇ ਕੋਲੇ ਕੀ ਸਿਕਿਉਰਿਟੀ ਹੈ ਇੱਥੇ ਕਾਮਨ ਮੈਨ ਕੋਲੇ ਕੋਈ ਵੀ ਨਹੀਂ ਤੇ ਜਦੋਂ ਆਮ ਹਥਿਆਰ ਹੋ ਗਏ ਇੱਥੇ ਸਭ ਤੋਂ ਵੱਧ ਜਿਹੜਾ ਇਹਦਾ ਇਫੈਕਟ ਪਾਊਗਾ ਉਹ ਕਿਹਦੇ ਉੱਤੇ ਪਾਊਗਾ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਇੱਕ ਬਹੁਤ ਵੱਡੀ ਸਮੱਸਿਆ ਹੈ ਅਜੇ ਵੀ ਹੈ ਨਾਏ ਓਵਰਨਾਈਟ ਖਤਮ ਹੋਣਾ ਨਸ਼ੇੜੀ ਜਿਹੜਾ ਨਸ਼ਾ ਕਰਨ ਵਾਲਾ ਉਹ ਸਨੇਚਿੰਗ ਬਹੁਤ ਕਰਦਾ ਖੋਖਵਾਈ ਕਰਦਾ ਅਜੇ ਉਹ ਖੋਖਵਾਈ ਕਰਕੇ ਭੱਜ ਜਾਂਦਾ ਜਦੋਂ ਉਹਦੇ ਕੋਲੇ ਹਥਿਆਰ ਆ ਗਿਆ ਉਹ ਤਾਂ ਬੰਦਾ ਮਰ ਜੂ ਔਰ ਜਿੰਨੇ ਬੰਦੇ ਮਰਨਗੇ ਫਿਰ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਇੱਥੇ ਅਸੀਂ ਵਿਆਹਾਂ ਦੇ ਵਿੱਚ ਚੱਲਦੇ ਹਥਿਆਰ ਦੇਖਦੇ ਆ ਨਾ ਵਿਆਹਾਂ ਤੋਂ ਡਰ ਲੱਗਣ ਲੱਗ ਗਿਆ ਨਾ ਸੀਰੀਅਸਲੀ ਸੋਚਣਾ ਵਿਆਹਾਂ ਤੋਂ ਡਰ ਲੱਗਣ ਲੱਗ ਗਿਆ ਕਿ ਲੋਕਾਂ ਨੇ ਡੱਬ ਵਿੱਚ ਪਿਸਤੌਲ ਪਾਏ ਹੋਏ ਆ ਜਦੋਂ ਚਾਰ ਪੈਗ ਗਏ ਅੰਦਰ ਤੇ ਪਿਸਤੌਲ ਬਾਹਰ ਇਹ ਕੀ ਪਤਾ ਕਿ ਗੋਲੀ ਉਹਦੇ ਵਿੱਚੋਂ ਨਿਕਲੀ ਹੋਈ ਕਿਹਨੂੰ ਵੱਜ ਜਾਣੀ ਹੈ ਅਸੀਂ ਕਿੰਨੇ ਕੁ ਜ਼ਿੰਮੇਵਾਰ ਲੋਕ ਆ ਜਿਹਦੇ ਕਰਕੇ ਜ਼ਥੇਦਾਰ ਸਾਹਿਬ ਇਹ ਕਹੀ ਜਾਂਦੇ ਕਿ ਹਥਿਆਰ ਲੈ ਲਓ ਤੇ ਸ਼ੂਟਿੰਗ ਰੇਂਜ ਦਵਾ-ਦਵਾ ਖੋਲ੍ਹ ਦਿਓ ਉਹ ਇਹ ਕਿਉਂ ਨਹੀਂ ਕਹਿੰਦੇ ਕਿ ਇੱਕ ਉਹਦੇ ਤੁਸੀਂ ਇਸ ਤਰ੍ਹਾਂ ਦੇ ਇੰਸਟੀਚਿਊਸ਼ਨ ਖੋਲ੍ਹੋ ਜਿੱਥੋਂ ਸਾਡੇ ਬੱਚੇ ਚੰਗੇ ਅਹੁਦਿਆਂ ਤੱਕ ਜਾਣ ਉਹ ਆਈਏਐਸ ਬੰਦ ਉਹ ਆਈਪੀਐਸ ਬੰਦ ਉਹ ਪੀਪੀਐਸ ਬੰਡ ਉਹ ਇੰਜੀਨੀਅਰ ਬੰਡ ਉਹ ਡਾਕਟਰ ਬੰਡ ਕੀ ਅਸੀਂ ਬੱਚਿਆਂ ਨੂੰ ਆਪਣੇ ਨੂੰ ਐਜੂਕੇਸ਼ਨ ਤੋਂ ਵਾਂਝਿਆ ਰੱਖ ਕੇ ਸਿੱਖੀ ਦਾ ਪ੍ਰਚਾਰ ਕਰਨਾ ਚਾਹੁੰਦੇ ਆ ਹੂੰ ਕੀ ਐਜੂਕੇਸ਼ਨ ਤੋਂ ਬਿਨਾ ਇਹ ਪ੍ਰਚਾਰ ਹੋ ਜੂਗਾ ਇਹ ਇਹਦਾ ਜਵਾਬ ਜਥੇਦਾਰ ਸਾਹਿਬ ਨੇ ਦੇਣਾ ਨਹੀਂ ਕਿਉਂਕਿ ਜਥੇਦਾਰ ਸਾਹਿਬ ਰਟਿਆ ਰਟਾਇਆ ਉਹ ਬੋਲਦੇ ਆ ਜੋ ਉਹਨਾਂ ਨੂੰ ਇੱਕ ਸਿਆਸੀ ਧਿਰ ਬੋਲਣ ਦੇ ਵਾਸਤੇ ਕਹਿੰਦੀ ਆ ਜੀ ਸੋ ਗੁਰਨਾਨਕ ਸਾਹਿਬ ਕਹਿੰਦੇ ਸੀ ਵਸਦੇ ਰੋ ਇਹੀ ਕਹਿ ਸਕਦੇ ਆ ਕਿ ਜਥੇਦਾਰ ਸਾਹਿਬ ਵਸਦੇ ਰਹਿਣ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਬੈਠੇ ਉਹ ਉਹ ਜਥੇਦਾਰ ਕਿਤੇ ਇੱਕ ਸਿਆਸੀ ਧਰ ਦੇ ਨਹੀਂ ਨਾ ਉਹ ਤਾਂ ਪੂਰੇ ਭਾਈਚਾਰੇ ਦੇ ਨੇ ਕੀ ਵਿਦੇਸ਼ਾਂ ਦੇ ਵਿੱਚ ਜਿਹੜੇ ਬੈਠੇ ਜਿੰਨੇ ਲੋਕ ਨੇ ਉਥੇ ਹਥਿਆਰ ਖਰੀਦ ਲੈਣ ਸ਼ੂਟਿੰਗ ਰੇਂਜ ਸ਼ੁਰੂ ਕਰ ਦੇਣ ਸਾਰੇ ਜਗ੍ਹਾ ਦੇ ਉੱਤੇ ਜਾਂ ਉਹ ਪੰਜਾਬ ਦੇ ਵਿੱਚ ਕਹਿ ਰਿਹਾ ਇਹ ਵੀ ਕਲੈਰੀਫਾਈ ਕਰਨਾ ਚਾਹੀਦਾ ਜਥੇਦਾਰ ਸਾਹਿਬ ਜਥੇਦਾਰ ਸਾਹਿਬ ਕਹਿੰਦੇ ਨੇ ਵੀ ਸ਼ਰੇ ਆਮ ਹਥਿਆਰਾਂ ਦੀ ਟ੍ਰੇਨਿੰਗ ਦੇਣੀ ਅਸੀਂ ਤੇ ਉਧਰਲੇ ਬੰਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਇਹ ਬਿਆਨ ਬੜਾ ਕਸੈਲਾ ਲੱਗਾ ਉਹ ਕਹਿੰਦੇ ਨੇ ਕਿ ਸਿੰਘ ਦਾ ਮਤਲਬ ਸ਼ੇਰ ਹੁੰਦਾ ਤੇ ਸ਼ੇਰ ਨੂੰ ਕਿਸੇ ਟ੍ਰੇਨਿੰਗ ਟ੍ਰੂਨਿੰਗ ਦੀ ਲੋੜ ਨਹੀਂ ਤੁਹਾਡਾ ਕੰਮ ਹੈ ਸਿੰਘ ਬਣਾਓ ਰੱਖਿਆ ਉਹ ਆਪਣੀ ਆਪੇ ਕਰ ਲੈਣਗੇ ਫਿਲਹਾਲ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਆ ਜਲਦ ਹਾਜ਼ਰ ਹੋਣੇ ਬ੍ਰੇਕ ਤੋਂ ਬਾਅਦ ਸੱਚੀਆਂ ਤੇ ਖਰੀਆਂ ਪੰਨੂਆਂ ਦੀਆਂ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਪੰਨੂ ਸਭ ਗੱਲ ਕਰਦੇ ਆਂ ਸਿੱਧੂ ਮੂਸੇਵਾਲਾ ਕਤਲकांड ਦੀਆਂ ਅੱਜ ਕੁਝ ਨਵੇਂ ਖੁਲਾਸੇ ਹੋਏ ਨੇ ਕੁਝ ਨਵੀਆਂ ਪਰਤਾਂ ਖੁੱਲੀਆਂ ਨੇ ਖਬਰਾਂ ਆ ਰਹੀਆਂ ਨੇ ਕਿ ਜਿਹੜੇ ਕਾਤਲ ਨੇ ਉਹ ਸਿੱਧੂ ਮੂਸੇਵਾਲੇ ਦੇ ਘਰ ਤੱਕ ਪਹੁੰਚ ਗਏ ਸੀ ਕੀ ਹੈ ਜੀ ਪੂਰੀ ਖਬਰ ਤੇ ਕਿੱਥੋਂ ਤੱਕ ਪਹੁੰਚੀ ਹੈ ਜੀ ਜਾਂਚ ਜਦੋਂ ਇਹ ਮਰਡਰ ਹੁੰਦਾ ਜਿੰਨੇ ਉਦੋਂ ਗੱਲ ਕੀਤੀ ਸੀ ਮੈਂ ਇੱਕ ਗੱਲ ਆਖੀ ਸੀ ਕਿ ਜਿਹੜੀ ਰੇਕੀ ਹੈ ਉਹ ਬਿਨਾਂ ਕਿਸੇ ਲੋਕਲ ਬੰਦੇ ਤੋਂ ਬਿਨਾਂ ਕਿਸੇ ਪਿੰਡ ਵਾਲੇ ਤੋਂ ਨਹੀਂ ਹੋ ਸਕਦੀ ਬਾਰੇ ਆਇਆ ਹੋਇਆ ਬੰਦਾ ਰੇਕੀ ਕਰਦਾ ਕਰ ਲਿੰਦਾ ਪ੍ਰੋਫੈਸ਼ਨਲ ਲੋਕ ਹੈਗੇ ਨੇ ਇਹਨਾਂ ਨੇ ਹਾਇਰ ਕੀਤੇ ਹੋਏ ਜਿਹੜੇ ਰੇਕੀ ਕਰਦੇ ਨੇ ਪਰ ਉਹ ਕਿਸੇ ਨਾ ਕਿਸੇ ਨੂੰ ਗੰਢਦੇ ਜ਼ਰੂਰ ਨੇ ਇਹਨਾਂ ਕ ਪਤਾ ਲੱਗ ਰਿਹਾ ਹੈ ਕਿ ਕੋਈ ਇੱਕ ਛੋਟੇ ਜਿਹੇ ਫੋਨ ਵਾਲਾ ਵਿਅਕਤੀ ਖੜਾ ਸੀ ਜੀਨੇ ਕੁਝ ਬੋਲਿਆ ਕੋਈ ਪਠਾ ਦਿੱਤਾ ਲਈ ਜਾਂਦੀ ਕਿਸੇ ਔਰਤ ਨੇ ਸੁਣਿਆ ਜਿੰਨਾ ਕ ਮੇਰੀ ਜਾਣਕਾਰੀ ਹੈ ਉਹ ਪਿੰਡ ਦਾ ਲੋਕਲ ਬੰਦਾ ਦੱਸੀਦਾ ਔਰ ਇਹ ਕਿਆ ਜਾ ਰਿਹਾ ਹੈ ਕਿ ਪਿੰਡ ਦਾ ਕੋਈ ਵਿਅਕਤੀ ਵੀ ਫੜਿਆ ਗਿਆ ਤਿੰਨ ਜਾਣੇ ਪਿੰਡ ਦੇ ਗ੍ਰਿਫਤਾਰ ਹੋਏ ਆ ਉਹਨਾਂ ਦੇ ਵਿੱਚੋਂ ਕਿੰਨਿਆਂ ਦੀ ਇਨਵੋਲਵਮੈਂਟ ਹੈ ਕਿੰਨੀ ਇਨਵੋਲਵਮੈਂਟ ਹੈ ਕਿਉਂਕਿ ਰੇਕੀ ਕਰਨੀ ਕਤਲ ਕਰਨਾ ਨਹੀਂ ਗਾ ਪਰ ਕਤਲ ਦੇ ਵਿੱਚ ਸ਼ਮੂਲੀਅਤ ਤਾਂ ਹੋ ਜਾਂਦੀ ਹੈ ਨਾ ਰੇਕੀ ਕਰਕੇ ਦਿੱਤੀ ਜਿਵੇਂ ਜ਼ਿਕਰ ਆਉਂਦਾ ਹੋ ਸ਼ਗਨ ਦੀ ਜਿਹੜਾ ਕਿ ਕਿਆ ਜਾਂਦਾ ਕਿ ਇਹਦਾ ਮੂਸੇ ਵਾਲੇ ਦਾ ਮੈਨੇਜਰ ਸੀ ਜਿਹੜਾ ਕਿ ਆਸਟ੍ਰੇਲੀਆ ਦੇ ਵਿੱਚ ਭੱਜ ਗਿਆ ਉਹਨੇ ਵੀ ਰੇਕੀ ਕਰਵਾਈ ਸੀਗੀ ਅ ਮਿੱਡੂ ਖੇੜੇ ਦੀ ਉਹ ਵੀ ਸ਼ਮੂਲੀਅਤ ਤਾਂ ਉਹਦੀ ਹੋ ਜਾਂਦੀ ਹੈ ਨਾ ਅ ਜਿਹੜੇ ਟੇਡੇ ਨਹੀਂ ਸਿੱਧੇ ਢੰਗ ਦੇ ਨਾਲ ਸ਼ਮੂਲੀਅਤ ਹੋ ਜਾਂਦੀ ਹੈ ਇਹ ਪਵਾੜਾ ਅਸਲ ਦੇ ਵਿੱਚ ਉਹਦੇ ਤੋਂ ਹੀ ਪਿਆ ਬਹੁਤਾ ਇੱਕ ਸਿੰਗਰ ਮਨਕੀਰਤ ਔਲਖ ਜਿਹਦਾ ਬਹੁਤ ਨਾਮ ਬੋਲਦਾ ਸੀ ਪਿਛਲੇ ਦਿਨਾਂ ਤੋਂ ਕੈਨੇਡਾ ਨਿਕਲ ਗਿਆ ਚੁੱਪ ਕਰਕੇ ਇਹ ਕਿਹਾ ਜਾ ਰਿਹਾ ਸੀਗਾ ਕਿ ਪੁਲਿਸ ਉਹਨੂੰ ਪੁੱਛਗਿੱਛ ਦੇ ਵਾਸਤੇ ਸੱਦ ਸਕਦੀ ਐ ਪੰਜਾਬ ਪੁਲਿਸ ਦੀ ਇਹ ਨਲਾਇਕੀ ਆ ਕਿ ਮਨਕੀਰਤ ਆਲਖ ਤੋਂ ਬਿਨਾਂ ਪੁੱਛਗਿੱਛ ਕੀਤੇ ਤੋਂ ਉਹ ਚੁੱਪ ਕਰਕੇ ਕਿਵੇਂ ਨਿਕਲ ਗਿਆ ਜਦੋਂ ਇਹਨਾਂ ਨੂੰ ਪਤਾ ਸੀ ਕਿ ਉਹ ਭੱਜ ਸਕਦਾ ਉਹ ਕਿਉਂਕਿ ਕੈਨੇਡਾ ਬਹੁਤਾ ਰਹਿੰਦਾ ਤੇ ਉਹਦੇ ਵਾਸਤੇ 에어ਪੋਰਟ ਤੇ ਉੱਤੇ ਅਲਰਟ ਕੀਤਾ ਜਾ ਸਕਦਾ ਸੀ ਇਹ ਵੀ ਪਤਾ ਲੱਗਾ ਕਿ 에어ਪੋਰਟ ਤੇ ਅਲਰਟ ਸੀ ਉਹਦੇ باوجود ਉਹ ਕਿਵੇਂ ਨਿਕਲ ਗਿਆ ਇਹ ਬਹੁਤ ਵੱਡਾ ਸਵਾਲ ਹੈ। ਮਨਕੀਰਤ ਔਲਖ ਦੀ ਕੀ ਸ਼ਮੂਲੀਅਤ ਹੈ? ਅਜੇ ਨਹੀਂ ਕਿਹਾ ਜਾ ਸਕਦਾ ਕੁਝ ਵੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰ ਉਹਦਾ ਭੱਜ ਜਾਣਾ ਇਹ ਕਾਫੀ ਹੱਦ ਤੱਕ ਸ਼ੋਅ ਕਰਦਾ ਹੈ ਕਿ ਉਹਦੀ ਇਨਵੋਲਵਮੈਂਟ ਕਿਤੇ ਨਾ ਕਿਤੇ ਹੈ ਇਨਾਂ ਸਾਰੇ ਚੀਜ਼ਾਂ ਦੇ ਵਿੱਚ। ਉਹਦੇ ਵੈਸੇ ਉਹ ਗਾਣੇ ਗੁਣੇ ਉਹਦਾਂ ਦੇ ਹੀ ਗਾਉਂਦਾ ਜੇਲ੍ਹਾਂ ਵਿੱਚੋਂ ਫੋਨ ਆਉਣਗੇ ਤੇ ਜਿਹੜੀ ਉਹਦੀ 15 ਦੀ ਇੱਕ ਪੋਸਟ ਵਾਇਰਲ ਹੋਈ ਉਹਦੇ ਵਿੱਚ ਤਾਂ ਉਹ ਸ਼ਰਮ ਹੀ ਲਿਖੀ ਜਾਂਦਾ ਨਾ। ਕਿ ਜੇਲ੍ਹ ਦੇ ਵਿੱਚ ਖਾੜਾ ਲਾਇਆ ਤੇ ਉੱਥੇ ਫਲਾਣੇ ਫਲਾਣੇ ਗੈਂਗਸਟਰ ਜਿਹੜੇ ਸੀ ਉਹ ਮੈਨੂੰ ਮਿਲੇ ਉਹਨਾਂ ਨੂੰ ਵੀਰੇ ਦੱਸਦਾ ਤੇ ਥੱਲੇ ਲਿਖਦਾ ਸ਼ੋਅ ਸਪਾਂਸਰਡ ਬਾਈ ਵਿੱਕੀ ਮਿੱਡੂ ਖੇੜਾ ਤਾਂ ਉਹ ਸ਼ਿਵਲੀਅਤ ਉਹਦੀ ਸਿੱਧਮ ਸਿੱਧੀ ਦੱਸਦੀ ਹੈ ਜਿਹੜਾ ਇਹ ਖੁਲਾਸੇ ਹੋ ਰਹੇ ਨੇ ਉਹ ਇਸ ਪੱਖੋਂ ਬੜੇ ਗੰਭੀਰ ਨੇ ਕਿ ਕਿੰਨੇ ਸੂਬਿਆਂ ਦੇ ਸ਼ਾਰਪ ਸ਼ੂਟਰ ਇਹਦੇ ਵਿੱਚ ਸ਼ਾਮਲ ਨੇ ਇਹਦਾ ਮਤਲਬ ਇਹ ਕਿ ਕਿੰਨੇ ਸੂਬਿਆਂ ਤੋਂ ਇਹ ਜਿਹੜੇ ਗੈਂਗ ਆ ਉਹ ਸਾਰੇ ਚੱਲਦੇ ਨੇ ਇਹ ਸਿਰਫ ਪੰਜਾਬ ਤੋਂ ਨਹੀਂ ਆਗੇ ਇਹਨਾਂ ਦੀ ਸ਼ਮੂਲੀਅਤ ਅੱਗੇ ਤੋਂ ਅੱਗੇ ਇੱਕ ਤੋਂ ਦੂਜੇ ਦੂਜੇ ਤੋਂ ਤੀਜੇ ਤੀਜੇ ਤੋਂ ਚੌਥੇ ਸੂਬੇ ਤੱਕ ਹੈ ਪੰਜਾਬ ਪੁਲਿਸ ਨੇ 8 ਸ਼ਾਰਪ ਸ਼ੂਟਰ ਉਹਨਾਂ ਦੀ ਪਛਾਣ ਕੀਤੀ ਹੈ ਪੰਜਾਬ ਹਰਿਆਣਾ ਰਾਜਸਥਾਨ ਤੇ ਮਹਾਰਾਸ਼ਟਰ ਦੇ ਰਹਿਣ ਵਾਲੇ ਹਨ ਮੇਰੀ ਜਾਚੇ ਸਭ ਤੋਂ ਗੰਭੀਰ ਮੁੱਦਾ ਹੀ ਇਹ ਆ ਇਸ ਕਤਲ ਦਾ ਸਭ ਤੋਂ ਇੱਕ ਗੰਭੀਰ ਕੜੀ ਇਹ ਆ ਕਿਉਂਕਿ ਜਦੋਂ ਬਾਹਰੋਂ ਜਿਹੜੇ ਸ਼ੂਟਰ ਆਉਂਦੇ ਆ ਮਹਾਰਾਸ਼ਟਰ ਵਰਗੇ ਸੂਬੇ ਤੋਂ ਆਏ ਰਾਜਸਥਾਨ ਵਰਗੇ ਸੂਬੇ ਤੋਂ ਆਏ ਉਹਨਾਂ ਨੂੰ ਲੱਭਣਾ ਏਡਾ ਸੌਖਾ ਨਹੀਂ ਹੋਊਗਾ ਪਹਿਚਾਣ ਹੋ ਗਈ ਆ ਵੈਸੇ ਲੱਭ ਜਾਣਗੇ ਇਹ ਸਾਰੇ ਸ਼ਾਰਪ ਸ਼ੂਟਰ ਗੈਂਗਸਟਰ ਲੌਰੈਂਸ ਬਿਸ਼ਨੋਈ ਗੈਂਗ ਦੇ ਨੇ ਮਤਲਬ ਕਿ ਉਹ ਏਡਾ ਵੱਡਾ ਗੈਂਗ ਹੋ ਗਿਆ ਹੋਇਆ ਕਿ ਉਹ ਮੁਲਕ ਪੱਧਰ ਦੇ ਉੱਤੇ ਆਪਰੇਟ ਕਰ ਰਿਹਾ ਔਰ ਸਾਰੇ ਸੂਬਿਆਂ ਦੇ ਵਿੱਚ ਉਹਦੇ ਸ਼ਾਰਪ ਸ਼ੂਟਰ ਨੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੇहद ਗੰਭੀਰ ਹੈ ਪੁਲਿਸ ਨੂੰ ਸ਼ੱਕ ਹੈ ਕਿ ਇਹਨਾਂ ਨੇ 29 ਮਈ ਨੂੰ ਮਾਨਸਾ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਇੱਕ ਜਿਹੜੀ ਅ ਸ਼ਮੂਲੀਅਤ ਸਾਹਮਣੇ ਆ ਰਹੀ ਆ ਇਹਦੇ ਕੈਮਰਾ ਸਿੱਧੂ ਮੂਸੇਵਾਲੇ ਦੇ ਘਰ ਦੇ ਬਾਹਰ ਲੱਗਿਆ ਉਹਦੀ ਵੀਡੀਓ ਫੁਟੇਜ ਹੁਣ ਸਾਹਮਣੇ ਆਈ ਆ ਸੀਸੀਟੀਵੀ ਫੁਟੇਜ ਉਹਦੇ ਵਿੱਚ ਮਾਨਸਾ ਤੋਂ ਕੇਕੜਾ ਨਾਮ ਦਾ ਇੱਕ ਵਿਅਕਤੀ ਆ ਜਿਹਨੂੰ ਗ੍ਰਿਫਤਾਰ ਕੀਤਾ ਇਹਨੇ ਫੈਨ ਬਣ ਕੇ ਜਿਹੜੀ ਮੂਸੇਵਾਲੇ ਦੀ ਰੇਕੀ ਕੀਤੀ ਸੀ ਜਿਹੜੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਨਾ ਵੀ ਛੋਟੇ ਫੋਨ ਤੇ ਉਹ ਕਹਿੰਦਾ ਵੀ ਚੱਲ ਪਿਆ ਇਹ ਬੰਦਾ ਹੋ ਸਕਦਾ ਹੋ ਤੇ ਇਹਨੇ ਜਿਹੜਾ ਉਹ ਦੱਸਿਆ ਕਿ ਇੱਥੋਂ ਚੱਲ ਪਿਆ ਉਹ ਇਹ ਜਿਹੜਾ ਸ਼ਾਰਪ ਸ਼ੂਟਰ ਮੂਸੇਵਾਲੇ ਦੀ ਮੂਵਮੈਂਟ ਦੀ ਖਬਰ ਇਹਨੇ ਨਹੀਂ ਦਿੱਤੀ ਸੀ ਇੱਕ ਪੱਠਾ ਦਿੱਤੇ ਲਈ ਜਾਂਦੀ ਜਨਾਨੀ ਜਿਹੜੀ ਉਨੇ ਕਿਤੇ ਇੰਨੀ ਇੱਕ ਗੱਲ ਸੁਣੀ ਆ ਵੀ ਸਾਈਕਲ ਦੇ ਉੱਤੇ ਕੋਈ ਬੰਦਾ ਸੀ ਉਹ ਛੋਟੇ ਜਿਹੇ ਫੋਨ ਤੋਂ ਫੋਨ ਕਰਕੇ ਕਹਿੰਦਾ ਵੀ ਚੱਲ ਪਿਆ ਉੱਥੋਂ ਇਹ ਟਿਪ ਜਿਹੜੀ ਮਿਲੀ ਤੇ ਅੱਗੋਂ ਹੁਣ ਜਦੋਂ ਇਹ ਸੀਸੀਟੀਵੀ ਫੁਟੇਜ ਸਾਹਮਣੇ ਆ ਗਈ ਤੇ ਕੇਕੜਾ ਨਾਂ ਦਾ ਜਿਹੜਾ ਬੰਦਾ ਉਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹ ਉਹਦੇ ਵਿੱਚ ਸ਼ਾਮਲ ਹੈ ਰੇਕੀ ਕਰਾਉਣ ਦੇ ਵਿੱਚ ਜਾਣਕਾਰੀ ਦੇਣ ਦੇ ਵਿੱਚ ਆਪੇ ਦੱਸੂਗਾ ਜਿਨ੍ਹਾਂ ਨੇ ਰੇਕੀ ਕਰਵਾਈ ਉਹ ਕੌਣ ਨੇ ਪੈਸੇ ਕਿਹਨੇ ਦਿੱਤੇ ਨੇ ਬਾਕੀ ਸ਼ੂਟਰਜ਼ ਦੀ ਪਛਾਣ ਹੋਣ ਤੋਂ ਬਾਅਦ ਚਾਰ ਰਾਜਾਂ ਦੀ ਪੁਲਿਸ ਇਹਨਾਂ ਨੂੰ ਭਾਲੜ ਦੇ ਵਿੱਚ ਲੱਗੀ ਹੋਈ ਹੈ ਹਥਿਆਰ ਤੇ ਗੱਡੀਆਂ ਦੇਣ ਵਾਲੇ ਹਤਿਆ ਤੋਂ ਪਹਿਲਾਂ ਰੁਕਣ ਦੇ ਵਾਸਤੇ ਇਹਨਾਂ ਦੇ ਟਿਕਾਣੇ ਅਵੇਲੇਬਲ ਕਰਾਉਣ ਵਾਲਿਆਂ ਦੇ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਪੰਜਾਬ ਪੁਲਿਸ ਨੇ ਰੇਕੀ ਕਰਨ ਵਾਲੇ ਕੇਕੜਾ ਨਾਂ ਦੇ ਜਿਹੜੇ ਬੰਦੇ ਨੂੰ ਗ੍ਰਿਫਤਾਰ ਕੀਤਾ ਉਹ ਸਿਰਸਾ ਦੇ ਕਾਲਿਆਂ ਵਾਲੀ ਦਾ ਰਹਿਣ ਵਾਲਾ ਉਹ ਆਪਣੇ ਇੱਕ ਦੋਸਤ ਦੇ ਨਾਲ ਫੈਨ ਬਣ ਕੇ ਮੂਸੇ ਵਾਲੇ ਦੇ ਘਰ ਗਿਆ ਉਥੇ ਚਾਹ ਪੀਤੀ ਬਾਅਦ ਦੇ ਵਿੱਚ ਉਹਨੇ ਸੈਲਫੀ ਲਈ ਕੇਕੜਾ ਨੇ ਹତਿਆਰਿਆਂ ਨੂੰ ਦੱਸਿਆ ਕਿ ਮੂਸੇਵਾਲਾ ਥਾਰ ਜੀਪ ਦੇ ਵਿੱਚ ਜਾ ਰਿਹਾ ਉਹ ਗਨਮੈਨ ਤੇ ਬੁਲੇਟ ਪ੍ਰੂਫ ਫੋਰਚਨਰ ਨਹੀਂ ਲੈ ਕੇ ਜਾ ਰਿਹਾ ਇਹਦੇ ਤੋਂ ਬਾਅਦ ਥੋੜੀ ਦੂਰ ਪਹੁੰਚਦਿਆਂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਪੰਜਾਬ ਪੁਲਿਸ ਦੇ ਮਤਾਬਿਕ ਮੂਸੇਵਾਲਾ ਹਤਿਆਕਾਂ ਦੇ ਵਿੱਚ ਪੰਜਾਬ ਦੇ ਤਰਨਤਾਰਨ ਦੇ ਜਗਰੂਪ ਸਿੰਘ ਰੂਪਾ ਮਨਪ੍ਰੀਤ ਮੰਨੂ ਹਰਿਆਣਾ ਦੇ ਸੋਨੀਪੱਤ ਦਾ ਪ੍ਰਿਵਰਤ ਫੌਜੀ ਮਨਪ੍ਰੀਤ ਭੋਲੂ ਮਹਾਰਾਸ਼ਟਰ ਪੁਣੇ ਦਾ ਰਹਿਣ ਵਾਲਾ ਸੰਤੋਸ਼ যাদਬ ਸੌਰਵ ਮਹਾਕਾਲ ਰਾਜਸਥਾਨ ਦੇ ਸੀਕਰ ਦਾ ਸੁਭਾਸ਼ ਬਨੂੜਾ ਪੰਜਾਬ ਦੇ ਬਠਿੰਡਾ ਦਾ ਹਰਕਮਲ ਸਿੰਘ ਰਾਣੂ ਸ਼ਾਵਲ ਨੇ ਪੁਲਿਸ ਇਹ ਵੀ ਕਹਿੰਦੀ ਆ ਕਿ ਮੂਸੇਵਾਲਾ ਦੇ ਕਤਲ ਦੇ 3 ਦਿਨ ਪਹਿਲਾਂ ਇਹ ਸਾਰੇ ਕੋਟਕਪੂਰਾ ਹਾਈਵੇ ਦੇ ਉੱਤੇ ਇਕੱਠੇ ਹੋਏ ਸੀਗੇ ਇਸ ਤੋਂ ਬਾਅਦ ਉੱਥੇ ਰੁਕੇ ਇਹਦੇ ਬਾਰੇ ਪੁਲਿਸ ਜਾਂਚ ਕਰ ਰਹੀ ਹੈ ਔਰ ਇਹਦੇ ਪਿੱਛੇ ਦੋ ਹੋਰ ਲੋਕਾਂ ਦੀ ਭੂਮਿਕਾ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਹੱਤਿਆकांड ਦਾ ਮਾਸਟਰਮਾਈਂਡ ਸਚਿਨ ਬਿਸ਼ਨੋਈ ਨੂੰ ਮੰਨਿਆ ਪੁਲਿਸ ਦਾ ਇਹ ਕਹਿਣਾ ਕਿ ਮੂਸੇਵਾਲੇ ਦੀ ਹਤਿਆ ਦੀ ਪੂਰੀ ਸਾਜ਼ਿਸ਼ ਸਚਿਨ ਨੇ ਰਚੀ ਉਹਨੇ ਸ਼ਾਰਪ ਸ਼ੂਟਰ ਹਾਇਰ ਕਰਕੇ ਮੂਸੇਵਾਲਾ ਕਤਲकांड ਨੂੰ ਅੰਜਾਮ ਦਿੱਤਾ ਸਚਿਨ ਤਿਹਾੜ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਾਂਜਾ ਹੈ ਉਨੇ ਇੱਕ ਟੀਵੀ ਚੈਨਲ ਦੇ ਉੱਤੇ ਵੀ ਇਸ ਕਤਲ ਦੀ ਗੱਲ ਕਬੂਲੀ ਸੀ ਉਹਨੇ ਕਹਿ ਸੀਗਾ ਕਿ ਮੈਂ ਖੁਦ ਮੂਸੇ ਵਾਲੇ ਨੂੰ ਗੋਲੀਆਂ ਮਾਰੀਆਂ ਉਹਦਾ ਨਾਮ ਲਾਰੈਂਸ ਦੇ ਕਰੀਬੀ ਵਿੱਕੀ ਮਿੱड्डੂ ਖੇੜਾ ਦੇ ਕਤਲ ਦੇ ਵਿੱਚ ਸਾਹਮਣੇ ਆਇਆ ਸੀ ਮਿੱड्डੂ ਖੇੜਾ ਦਾ ਮੁਹਾਲੀ ਦੇ ਵਿੱਚ ਕਤਲ ਹੋਇਆ ਸੀਗਾ ਪੁਲਿਸ ਨੇ ਉਹਦੀ ਆਵਾਜ਼ ਦੀ ਜਾਂਚ ਵੀ ਕੀਤੀ ਹੈ ਜਿਹਦੇ ਵਿੱਚ ਪੁਸ਼ਟੀ ਹੋਈ ਹੈ ਕਿ ਉਹ ਸਚਨ ਬਿਸ਼ਨੋਈ ਹੀ ਹੈ ਪੰਜਾਬ ਪੁਲਿਸ ਨੇ ਕੁੱਲ 10 ਸ਼ਾਰਪ ਸ਼ੂਟਰ ਦੀ ਹਿਟਲਿਸਟ ਤਿਆਰ ਕੀਤੀ ਹੈ ਜਿਦੇ ਵਿੱਚ ਸ਼ਨਾਖਤ ਵਾਲੇ 8 ਸ਼ਾਰਪ ਸ਼ੂਟਰ ਤੋਂ ਇਲਾਵਾ ਦੋ ਹੋਰ ਗੈਂਗਸਟਰ ਸ਼ਾਮਲ ਨੇ ਜਿਨ੍ਹਾਂ ਦੀ ਪਛਾਣ ਹੋ ਚੁੱਕੀ ਹੈ ਹਾਲ ਦੀ ਘਟਈਏ ਨੂੰ ਗੁਪਤ ਰੱਖਿਆ ਜਾ ਰਿਹਾ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਇਹ ਦੱਸਿਆ ਸੀ ਕਿ ਮੂਸੇ ਵਾਲੇ ਦੀ ਹੱਤਿਆ ਦੇ ਵਾਸਤੇ ਹਥਿਆਰ ਰਾਜਸਥਾਨ ਤੇ ਜੋਧਪੁਰ ਤੋਂ ਜਿਹੜੇ ਉਹ ਲਿਆਂਦੇ ਗਏ ਸੀ ਜਿੰਨਾ ਕੁਛ ਇਹ ਸਾਹਮਣੇ ਆ ਰਿਹਾ ਇਹ ਬੇਹਦ ਗੰਭੀਰ ਹੈ ਪੰਜਾਬ ਪੁਲਿਸ ਦੇ ਵਾਸਤੇ ਘੱਟੋ-ਘੱਟ ਫਿਊਚਰ ਦੇ ਵਾਸਤੇ ਬਹੁਤ ਗੰਭੀਰ ਹੈ ਜੇ ਉਹ ਇਹ ਸਾਰੇ ਨੂੰ ਕ੍ਰੈਕ ਛੇਤੀ ਨਹੀਂ ਕਰਦੀ ਇਹ ਸਾਰੇ ਵਿਅਕਤੀ ਗ੍ਰਿਫਤਾਰ ਨਹੀਂ ਹੋ ਜਾਂਦੇ ਤਾਂ ਪੰਜਾਬ ਦੇ ਵਿੱਚ ਇਹ ਨਹੀਂ ਪਤਾ ਕਿ ਅਗਲੇ ਦਿਨਾਂ ਦੇ ਵਿੱਚ ਕੀ ਕੁਝ ਇਹ ਗੈਂਗ ਕਰ ਸਕਦੇ ਆ ਜੀ ਇਹ ਗੈਂਗ ਕਦੋਂ ਵੱਡੇ ਹੋਣੇ ਸ਼ੁਰੂ ਹੋਏ ਇੱਕ ਬਹੁਤ ਵੱਡਾ ਜਿਹੜਾ ਉਹ ਸਵਾਲ ਹੈ ਪਿਛਲੇ ਸਾਲਾਂ ਦੇ ਦੌਰਾਨ ਇਹ ਗੈਂਗ ਵਧੇ ਫੁੱਲੇ ਵੱਡੇ ਹੋਏ ਨਾਬਾ ਜੇਲ ਬ੍ਰੇਕ ਹੋਇਆ ਹੋਰ بڑا ਕੁਝ ਜਿਹੜਾ ਹੋਇਆ ਉਹਦੇ باوجود ਸਰਕਾਰਾਂ ਨੇ ਉਸ ਵੇਲੇ ਕੀਤਾ ਨਹੀਂ ਜਿਹੜਾ ਕਿ ਅੱਜ ਉਗਤਣਾ ਪੈ ਰਿਹਾ ਖਾਸ ਤੌਰ ਤੇ ਸਿੱਧੂ ਮੂਸੇ ਵਾਲੇ ਵਰਗਾ ਇੱਕ ਨੌਜਵਾਨ ਗਾਇਕ ਜਿਹਦਾ ਅਜੇ ਬਹੁਤ ਇੱਕ ਵੱਡਾ ਭਵਿੱਖ ਸੀ ਉਹਦਾ ਕਤਲ ਕਰ ਦਿੱਤਾ ਗਿਆ ਜੀ ਗੱਲਬਾਤ ਦਾ ਸਿਲਸਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਪ੍ਰੋਗਰਾਮ 'ਚ ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾਇਆ ਬਹੁਤ ਜਲਦ ਹਾਜ਼ਰ ਹੋਣੇ ब्रेक ਤੋਂ ਬਾਅਦ ਪ੍ਰੋਗਰਾਮ ਸੱਚੀਆਂ ਤੇ ਖਰੀਆਂ ਪੰਨੂ ਦੀਆਂ ਦੇਖਣ ਵਾਲੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆਂ ਗੱਲ ਕਰਦੇ ਆਂ ਭਾਜਪਾਈ ਲੀਡਰਾਂ ਦੀ ਕੰਨਾਂ ਤੱਕ ਇਹਨਾਂ ਦੇ ਮੂੰਹ ਪਾਟੇ ਨੇ ਜੋ ਮੂੰਹ ਚ ਆਉਂਦਾ ਹੈ ਉਹ ਕਹਿੰਦੇ ਨੇ ਪੰਨੂ ਸਾਹਿਬ ਟੀਵੀ ਤੇ ਡਿਬੇਟ ਚੱਲ ਰਹੀ ਸੀ ਤਿੰਨਪੁਰ ਸ਼ਰਮਾ ਨਾਂ ਦਾ ਭਾਜਪਾਈ ਲੀਡਰ ਉਹਦੇ ਚ ਬੈਠਾ ਸੀ ਵਿਵਾਦਿਤ ਬਿਆਨ ਦਿੰਦਾ ਆ ਉਸ ਤੋਂ ਬਾਅਦ ਪਾਰਟੀ ਕੱਢ ਕੇ ਉਹਨੂੰ ਉਹ ਮਾਰਦੀ ਹੈ ਕੀ ਹੈ ਜੀ ਪੂਰਾ ਮਾਮਲਾ ਆਵਾ ਕੱਢਿਆ ਜੀ ਇਹ ਤਾਂ ਤੁਸੀਂ ਇਹ ਕਹਿ ਲਓ ਕਿ ਐਵੇਂ ਲੰਘ ਗਏ ਸੱਪ ਦੀ ਲੀਕ ਪਿੱਟਣ ਵਾਲੀ ਗੱਲ ਹੈ ਨਾ ਆਪਾਂ ਦੇਖ ਰਹੇ ਆ ਪਿਛਲੇ ਸਾਲਾਂ ਤੋਂ ਹੋ ਕੀ ਰਿਹਾ ਹੈ ਮਹਿੰਗਾਈ ਕਿੱਥੋਂ ਤੱਕ ਪਹੁੰਚ ਗਈ ਮਹਿੰਗਾਈ ਦੇ ਉੱਤੇ ਤਾਂ ਕੋਈ ਜ਼ਿਕਰ ਨਹੀਂ ਹੋ ਰਿਹਾ ਕੋਈ ਡਿਬੇਟ ਨਹੀਂ ਹੋ ਰਹੀ ਬੇਰੋਜ਼ਗਾਰੀ ਕਿੱਥੋਂ ਤੱਕ ਚਲੇਗੀ ਬੇਰੋਜ਼ਗਾਰੀ ਦੇ ਉੱਤੇ ਤਾਂ ਕੋਈ ਡਿਬੇਟ ਨਹੀਂ ਹੋ ਰਹੀ ਕੋਈ ਚਰਚਾ ਨਹੀਂ ਹੋ ਰਿਹਾ ਇਹ ਚੈਨਲਾਂ ਵਾਲੇ ਰੋਜ਼ ਸ਼ਾਮ ਨੂੰ ਇੱਕੋ ਚੀਜ਼ ਦੇ ਉੱਤੇ ਲੈ ਕੇ ਬੈਠ ਜਾਂਦੇ ਆ ਉਹ ਕੱਚ ਘੜੜ ਦੇ ਲੋਕ ਹਿੰਦੂ ਮੁਸਲਮ ਮੁਸਲਮ ਹਿੰਦੂ ਹਿੰਦੂ ਮੁਸਲਮ ਮੁਸਲਮ ਹਿੰਦੂ ਇਹੀ ਕਰੀ ਜਾਂਦੇ ਆ ਜੀ ਜਿਵੇਂ ਭਾਰਤ ਦੇ ਮੁਲਕ ਦੇ ਮੁੱਦੇ ਸਿਰਫ ਹਿੰਦੂ ਮੁਸਲਮ ਵਿਵਾਦ ਰਹਿ ਗਿਆ ਹੋਵੇ ਲੋਕਾਂ ਦੀ ਜਾਨ ਨਿਕਲੀ ਪਈ ਹੈ ਮਹਿੰਗਾਈ ਦੇ ਨਾਲ ਡਿਗਰੀਆਂ ਦੇ ਥੱਬੇ ਲੈ ਕੇ ਨੌਜਵਾਨ ਵਰਗ ਦਿਨੋਂ ਦਿਨ ਅਪਸੈਟ ਹੁੰਦਾ ਤੁਰਿਆ ਜਾ ਰਿਹਾ ਹੈ ਕਿਸੇ ਨੂੰ ਫਿਕਰ ਨਹੀਂ ਉਹਦੇ ਉੱਤੇ ਕਿਉਂਕਿ ਇਹ ਲੋਕ ਇਸ ਡਿਬੇਟ ਦੇ ਹੇਠ ਬਹੁਤਾ ਕੁਝ ਦਬ ਦੇਣਾ ਚਾਹੁੰਦੇ ਆ ਇਹਨਾਂ ਨੂੰ ਰੋਕਿਆ ਨਹੀਂ ਜਾ ਰਿਹਾ ਕੋਈ ਇਹਨਾਂ ਨੂੰ ਨਹੀਂ ਰੋਕ ਰਿਹਾ ਤੁਸੀਂ ਕੀ ਬੋਲਣਾ ਕੀ ਨਹੀਂ ਬੋਲਣਾ ਜਿਹਨੂੰ ਨਹੀਂ ਚੰਗਾ ਲੱਗਦਾ ਪਾਕਿਸਤਾਨ ਚੱਲ ਜਾਓ ਜਿਹਨੂੰ ਨਹੀਂ ਚੰਗਾ ਲੱਗਦਾ ਉਹ ਕਰ ਲੋ ਐਸ ਸੜਕ ਦਾ ਨਾਮ ਬਦਲ ਦਿਓ ਐਸ ਸ਼ਹਿਰ ਦਾ ਨਾਮ ਬਦਲ ਦਿਓ ਇਹੀ ਸਰਕਾਰ ਦੇ ਕੰਮ ਰਹਿ ਗਏ ਐਥੇ ਇੱਕ ਦੌੜ ਤੇ ਹੋੜ ਲੱਗੀ ਆ ਕਿ ਕੌਣ ਜ਼ਿਆਦਾ ਭਕਾਈ ਮਾਰਦਾ ਕੌਣ ਕਿਹੜਾ ਕਿਸ ਲੈਵਲ ਤੱਕ ਜਾ ਕੇ ਜਿਹੜਾ ਉਹ ਬੋਲਦਾ ਕਿ ਜਿਹੜਾ ਜਿੰਨੇ ਵੱਡੇ ਲੈਵਲ ਤੱਕ ਜਾ ਕੇ ਬੋਲੂਗਾ ਉਹਨਾਂ ਉਹਨੂੰ ਲੱਗਦਾ ਕਿ ਮੈਨੂੰ ਪ੍ਰਸਿੱਧੀ ਮਿਲੂਗੀ ਕਿਸੇ ਵੀ ਧਰਮ ਦੇ ਉੱਤੇ ਡਿਬੇਟ ਕਰਨੀ ਕਿਸੇ ਵੀ ਧਾਰਮਿਕ ਉਸ ਸ਼ਖਸੀਅਤ ਦੇ ਉੱਤੇ ਡਿਬੇਟ ਕਰਨੀ ਜਿਹਦਾ ਨਾਮ ਹੈ ਉਹਦੇ ਤੇ ਡਿਬੇਟ ਬਣਦੀ ਹੋਈ ਨਹੀਂ ਇੱਥੇ ਕੋਈ ਧਰਮਾਂ ਦਾ ਭੇੜ ਚੱਲ ਰਿਹਾ ਹੈ ਕਿ ਕੌਣ ਜ਼ਿਆਦਾ ਸਟਰੋਂਗ ਹੈ ਤੇ ਕੌਣ ਕਮਜ਼ੋਰ ਹੈ ਕੋਈ ਕੋਈ ਧਰਮ ਹੈਗਾ ਜਿਹੜਾ ਦੂਸਰੇ ਧਰਮ ਦੇ ਉੱਤੇ ਡਿਬੇਟ ਕਰਨ ਦੀ ਗੱਲ ਕਹਿੰਦਾ ਹੋਵੇ ਜਾਂ ਉਹਨੂੰ ਨੀਵਾ ਦਿਖਾਉਣ ਦੀ ਗੱਲ ਕਹਿੰਦਾ ਹੋਵੇ ਹੈ ਹੀ ਨਹੀਂ ਹਰੇਕ ਧਰਮ ਦੀ ਇੱਕ ਆਪਣੀ ਫਿਲਾਸਫੀ ਆ ਉਹਨੂੰ ਮੰਨਣ ਵਾਲਾ ਜਿਹੜਾ ਇਹ ਉਹਦੇ ਉੱਤੇ ਛੱਡ ਦਿਓ ਕਿਹਨੇ ਕਿਹੜੇ ਧਰਮ ਨੂੰ ਮੰਨਣਾ ਇਹ ਉਹਦੇ ਉੱਤੇ ਛੱਡ ਦਿਓ ਕੌਣ ਕਿਹੜੇ ਧਰਮ ਨੂੰ ਮੰਨਦਾ ਉਹਦਾ ਕੀ ਧਰਮ ਹੈ ਇਹ ਉਹਦੀ ਚਾਰ ਦਿਵਾਰੀ ਦਾ ਮਾਮਲਾ ਉਹਨੂੰ ਤਾਂ ਇਹਨਾਂ ਨੇ ਨੈਸ਼ਨਲ ਚੈਨਨਾ ਦੀ ਡਿਬੇਟ ਦਾ ਪਾਠ ਬਣਾ ਕੇ ਆਪਣੇ ਆਪ ਦਾ ਜਲੂਸ ਕੱਢ ਲਿਆ ਜਿਹੜੇ ਪੈਗੰਬਰ ਮੁਹੰਮਦ ਸਾਹਿਬ ਨੇ ਉਹਨਾਂ ਦੇ ਉੱਤੇ ਭਾਜਪਾ ਨੇਤਾ ਨੂਪੁਰ ਸ਼ਰਮਾ ਤੇ ਨਵੀਨ ਜਿੰਦਲ ਦੇ ਬਿਆਨ ਦੇ ਨਾਲ ਹੁਣ ਖਾੜੀ ਦੇਸ਼ਾਂ ਦੇ ਵਿੱਚ ਇੱਕ ਬਹੁਤ ਵੱਡਾ ਉਥਲ-ਪਥਲ ਆ ਗਿਆ ਔਰ ਉਹਨਾਂ ਨੇ ਇਹਦੇ ਉੱਤੇ ਬਹੁਤ ਵੱਡਾ ਰੋਸਾ ਜ਼ਾਹਰ ਕੀਤਾ ਕਤਰ ਕੁਵੈਤ ਈਰਾਨ ਨੇ ਭਾਰਤੀ ਰਾਜਦੂਤਾਂ ਨੂੰ ਤਲਬ ਕਰ ਲਿਆ ਤਲਬ ਕਰਕੇ ਆਪਣਾ ਵਿਰੋਧ ਜਤਾਇਆ ਭਾਰਤ ਭਲਾ ਇਹਨਾਂ ਮਿਡਲ ਈਸਟ ਮੁਲਕਾਂ ਨੂੰ ਨਾਰਾਜ਼ ਕਰਕੇ ਉਹ ਸਰਵਾਈਵ ਕਰ ਸਕਦਾ ਜੀ ਭਲਾ ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂਗਾ ਕਿ ਇਹ ਬੋਲੀ ਕੀ ਜਾ ਰਹੇ ਨੇ ਇਹਨਾਂ ਦੇ ਮੂੰਹ ਕੰਨਾਂ ਤੱਕ ਪਟੇ ਹੋਏ ਕਤਰ ਕਬੈਟ ਨੇ ਭਾਰਤ ਸਰਕਾਰ ਦੇ ਇਸ ਬਿਆਨ ਦੇ ਉੱਤੇ ਮਾਫੀ ਦੀ ਮੰਗ ਕੀਤੀ ਹੈ 사우ਦੀ ਅਰਬ ਨੇ ਇਸ ਬਿਆਨ ਦੇ ਉੱਤੇ ਇਤਰਾਜ਼ ਜਤਾਇਆ ਇਹ ਦੋਸਤ ਮਿੱਤਰ ਮੁਲਕ ਨੇ ਸਾਰੇ ਦੇ ਸਾਰੇ ਭਾਰਤ ਦੇ ਅੱਜ ਦੇ ਥੋੜੀ ਨੇ ਪਰਖੇ ਹੋਏ ਦੋਸਤ ਨੇ ਪਰਖੇ ਹੋਏ ਮਿੱਤਰ ਨੇ ਸਾਰੇ ਦੇ ਸਾਰੇ ਵਪਾਰ ਕਿੰਨਾ ਇਹਨਾਂ ਮੁਲਕਾਂ ਦੇ ਨਾਲ ਹੈ ਇਹਨਾਂ ਨੂੰ ਬੋਲਣ ਵਾਲਿਆਂ ਨੂੰ ਸ਼ਾਇਦ ਨੁੱਪੁਰ ਸ਼ਰਮਾ ਤੇ ਨਵੀਨ ਜਿੰਦਲ ਇਹਨਾਂ ਨੂੰ ਪਤਾ ਵੀ ਨਾ ਹੋਵੇ ਕਿ ਭਾਰਤ ਦਾ ਵਪਾਰ ਕਿਹੜੇ-ਕਿਹੜੇ ਮੁਲਕਾਂ ਦੇ ਨਾਲ ਇਹਨਾਂ ਨੂੰ ਨਹੀਂ ਪਤਾ ਹੋਊਗਾ ਕਿ ਮਿਡਲ ਈਸਟ ਦੇ ਨਾਲ ਕਿਹੜੀਆਂ ਚੀਜ਼ਾਂ ਦਾ ਵਪਾਰ ਹੁੰਦਾ ਇਹ ਤਾਂ ਨਫ਼ਰਤ ਦਾ ਵਪਾਰ ਕਰਨਾ ਜਾਣਦੇ ਆ ਨਾ ਸਿਰਫ ਉਸ ਤੋਂ ਬਿਨਾ ਇਹਨਾਂ ਨੂੰ ਕੋਈ ਹੋਰ ਵਪਾਰ ਸੁਝਦਾ ਨਹੀਂ 57 ਮੁ슬ਮ ਦੇਸ਼ਾਂ ਦੇ ਸੰਗਠਨ ਨੇ ਜਿਹੜਾ ਇਸਲਾਮਿਕ ਸਹਿਯੋਗ ਸੰਗਠਨ ਹੈ OIC ਉਹਨੇ ਵੀ ਇਹਦੀ ਨਿੰਦਾ ਕੀਤੀ ਹੈ ਸੰਗਠਨ ਨੇ ਸੋਸ਼ਲ ਮੀਡੀਆ ਪੋਸਟ ਕਰਕੇ ਕਿਹਾ ਕਿ ਭਾਰਤ ਦੇ ਵਿੱਚ ਬੀਤੇ ਦਿਨਾਂ ਤੋਂ ਮੁਸਲਿਮਾ ਦੇ ਖਿਲਾਫ ਹਿੰਸਾ ਦੇ ਮਾਮਲੇ ਵਧੇ ਆ। ਕਈਆਂ ਰਾਜਾਂ ਦੇ ਵਿੱਚ ਜਿਹੜੀਆਂ ਸਿੱਖਿਆ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਹਜਾਬ ਦੇ ਉੱਤੇ ਬੈਨ ਦੇ ਨਾਲ ਮੁਸਲਿਮਾ ਦੇ ਉੱਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ OIC ਦੇ ਬਿਆਨ ਦੇ ਉੱਤੇ ਇਤਰਾਜ਼ ਜਤਾਇਆ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ OIC ਦੀ ਗੈਰ ਹਾਜ਼ਰੀ ਤੇ ਛੋਟੀ ਸੋਚ ਵਾਲੀ ਟਿੱਪਣੀਆਂ ਨੂੰ ਸਾਫ਼ ਤੌਰ ਦੇ ਤੇ ਖਾਰਜ ਕਰਦਾ ਹੈ। ਭਾਰਤ ਸਰਕਾਰ ਸਾਰੇ ਧਰਮਾਂ ਨੂੰ ਸਨਮਾਨ ਦਿੰਦੀ ਹੈ ਭਾਜਪਾ ਨੇ ਤੁਰੰਤ ਐਕਸ਼ਨ ਲੈਂਦਿਆਂ ਹੋਇਆ ਲੂਪਰ ਸ਼ਰਮਾ ਨੂੰ ਪਾਰਟੀ ਤੋਂ 6 ਸਾਲ ਲਈ ਕੱਢ ਦਿੱਤਾ ਤੇ ਇਸ ਤੋਂ ਬਾਅਦ ਬਿਆਨ ਜਾਰੀ ਕਰਕੇ ਕਿਹਾ ਕਿ ਜਿਹੜੀ ਵੀ ਗਲਤ ਬਿਆਨੀ ਕੀਤੀ ਗਈ ਆ ਉਹ ਭਾਰਤ ਸਰਕਾਰ ਦਾ ਆਫੀਸ਼ੀਅਲ ਸਟੈਂਡ ਨਹੀਂਗਾ ਇਹਦੇ ਨਾਲ ਸਰਕਾਰ ਨੇ ਵਿਵਾਦਤ ਦੇਣ ਵਾਲੇ ਨੇਤਾਵਾਂ ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਗੱਲ ਦੇ ਉੱਤੇ ਵੀ ਫੋਕਸ ਕੀਤਾ ਸਾウਦੀ ਅਰਬ ਤੇ ਬਹਿਰਨ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਅਸਲ ਦੇ ਵਿੱਚ ਇਹਨਾਂ ਦੇ ਮੂੰਹ ਪਾਟੇ ਕਿਉਂ ਆਏ ਨੇ ਕਿਉਂਕਿ ਜਦੋਂ ਤੁਸੀਂ ਇਹ ਨਾਹਰਾ ਲਾਉਂਦੇ ਹੋ ਕਿ ਦੇਸ਼ ਕੇ ਗਦਾਰੋਂ ਕੋ ਗੋਲੀ ਮਾਰੋ ਸਾਲੋਂ ਕੋ ਉਹਨਾਂ ਦੇ ਉੱਤੇ ਕੋਈ ਮਾਮਲਾ ਥੜੀ ਦਰ ਜਾਂਦਾ ਉੱਚ ਅਹੁਦੇ ਮਿਲਦੇ ਆ ਉਹਨਾਂ ਨੂੰ ਉੱਚ ਅਹੁਦੇ ਦਿੱਤੇ ਜਾਂਦੇ ਆ ਉਹਨਾਂ ਦੇ ਉੱਤੇ ਮਾਮਲਾ ਨਹੀਂ ਦਰਦੇ ਹੁੰਦਾ ਫਿਰ ਬਾਕੀ ਵੀ ਸੋਚਦੇ ਆ ਵੀ ਜੇ ਇਦਾਂ ਤਰੱਕੀ ਮਿਲ ਸਕਦੀ ਆ ਸਿਆਸਤ ਦੇ ਵਿੱਚ ਤੇ ਇਦਾਂ ਦਾ ਨਾਹਰਾ ਅਸੀਂ ਵੀ ਕੋਈ ਘੜੀਏ ਉਹ ਤਾਂ ਹੁਣ ਇੱਕ ਲੱਗ ਗਿਆ ਉਹ ਤੋਂ ਅਗਲੀ ਗੱਲ ਕਿਹੜੀ ਕੀ ਹੋਊਗੀ ਤੇ ਮੁਹੰਮਦ ਸਾਹਿਬ ਦੇ ਬਾਰੇ ਦੇ ਵਿੱਚ ਤੁਸੀਂ ਉਹਨਾਂ ਦੇ ਬਾਰੇ ਦੇ ਵਿੱਚ ਕੋਈ ਟਿੱਪਣੀ ਕਰ ਦਿਓ ਕੱਲ ਨੂੰ ਕੋਈ ਉੱਠ ਕੇ ਭਗਵਾਨ ਰਾਮ ਭਗਵਾਨ ਕ੍ਰਿਸ਼ਨ ਦੇ ਬਾਰੇ ਦੇ ਵਿੱਚ ਟਿੱਪਣੀ ਕਰੇ ਕਿਸੇ ਡਿਬੇਟ ਦੇ ਉੱਤੇ ਉਹ ਤੋਂ ਵੱਡਾ ਮੂਰਖ ਕੋਈ ਹੋਊਗਾ ਕੱਲ ਨੂੰ ਕੋਈ ਗੁਰਨਾਨਕ ਸਾਹਿਬ ਦੇ ਬਾਰੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਹੋਰਾਂ ਦੇ ਬਾਰੇ ਦੇ ਵਿੱਚ ਕੋਈ ਟਿੱਪਣੀ ਡਿਬੇਟ ਦੇ ਵਿੱਚ ਜਿਹੜਾ ਜਿ ਉਹ ਬਣਾ ਕੇ ਕਰ ਦੇ ਉਹ ਤੋਂ ਵੱਡਾ ਕੋਈ ਮੂਰਖ ਹੋਊਗਾ ਕੀ ਸਾਡੇ ਕੋਲੇ ਇਹ ਵਿਸ਼ੇ ਟੀਵੀ ਚੈਨਲਾਂ ਦੀ ਡਿਬੇਟ ਦੇ ਵਾਸਤੇ ਰਹਿ ਗਏ ਹੋਰ ਸਾਡੇ ਕੋਲੇ ਕੋਈ ਵਿਸ਼ਾ ਨਹੀਂ ਹੈਗਾ ਜਿਹਦੇ ਉੱਤੇ ਅਸੀਂ ਗੱਲ ਕਰ ਸਕੀਏ ਔਰ ਭਾਜਪਾ ਨੇ ਬਿਆਨ ਜਾਰੀ ਕਰਕੇ ਇਹ ਗੱਲ ਕਹੀ ਹੈ ਕਿ ਅਸੀਂ ਸਾਰੇ ਧਰਮਾਂ ਤੇ ਉਹਨਾਂ ਦੇ ਜਿਹੜੇ ਪੂਜਕ ਨੇ ਉਹਨਾਂ ਦਾ ਸਨਮਾਨ ਕਰਦੇ ਹਾਂ ਭਾਜਪਾ ਦੇ ਰਾਸ਼ਟਰੀ ਮहासਚਿਵ ਨੇ ਇੱਕ ਲੈਟਰ ਜਾਰੀ ਕਰਕੇ ਕਿਹਾ ਕਿ ਭਾਜਪਾ ਸਾਰੇ ਧਰਮਾਂ ਦਾ ਸਨਮਾਨ ਕਰਨ ਵਾਲੀ ਪਾਰਟੀ ਹੈ ਚੰਗੀ ਗੱਲ ਆ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਇਦਾਂ ਦੀ ਚਿੱਠੀ ਆਉਣੀ ਚੰਗੀ ਗੱਲ ਹੈ ਇਹ ਤਾਂ ਬਹੁਤ ਲੇਟ ਆਈ ਹੈ ਉਦੋਂ ਆਈ ਆ ਜਦੋਂ 57 ਜਿਹੜੇ ਮੁਲਕ ਨੇ ਮੁਸਲਿਮ ਕੰਟਰੀਜ਼ ਨੇ ਉਹਨਾਂ ਨੇ ਸਾਂਝੇ ਤੌਰ ਦੇ ਤੇ ਇਹਦਾ ਵਿਰੋਧ ਕਰ ਦਿੱਤਾ ਭਾਰਤ ਤੇ ਖਾੜੀ ਦੇਸ਼ਾਂ ਦੇ ਵਿੱਚ ਇਤਿਹਾਸਕ ਰੂਪ ਦੇ ਵਿੱਚ ਰਿਸ਼ਤੇ ਬਹੁਤ ਮਜ਼ਬੂਤ ਰਹੇ ਆ ਭਾਰਤ ਆਪਣੀ ਜ਼ਰੂਰਤ ਦਾ ਕਰੂਡ ਆਇਲ ਇਹ ਵੱਡਾ ਹਿੱਸਾ ਇਹਨਾਂ ਦੇਸ਼ਾਂ ਤੋਂ ਇੰਪੋਰਟ ਕਰਦਾ ਵਿਦੇਸ਼ ਮੰਤਰਾਲੇ ਦੇ ਡਾਟੇ ਦੇ ਮੁਤਾਬਕ 76 ਲੱਖ ਭਾਰਤੀ ਮਿਡਲ ਈਸਟ ਦੇ ਮੁਲਕਾਂ ਦੇ ਵਿੱਚ ਕੰਮ ਕਰਦੇ ਆ ਤੁਸੀਂ ਉਹਨਾਂ 76 ਲੱਖ ਲੋਕਾਂ ਨੂੰ ਇੱਥੇ ਕਦੋਂ ਦੇ ਦੇਦੋਂਗੇ ਲਿਆ ਕੇ ਤੁਹਾਡੇ ਕੋਲ ਇੰਨਾ ਕੰਮ ਜਿਹੜਾ ਉਹ ਹੈਗਾ ਔਰ ਅਮਰੀਕਾ ਦੇ ਵਿੱਚ 43 ਲੱਖ 6000 ਨੇ ਸਾਊਦੀ ਅਰਬ ਦੇ ਵਿੱਚ 28 ਲੱਖ ਲੋਕ ਨੇ ਯੂਏਈ ਦੇ ਵਿੱਚ 31 ਲੱਖ ਨੇ ਬਲੇਸ਼ੀਆ ਦੇ ਵਿੱਚ 29 ਲੱਖ 9000 ਨੇ ਇੰਨੇ ਲੋਕ ਵਿਦੇਸ਼ਾਂ ਦੇ ਵਿੱਚ ਬੈਠੇ ਨੇ कोरोना महामारी ਦੇ ਦੌਰਾਨ ਭਾਰਤੀ ਅਰਥਵਿਵਸਥਾ ਅਜੇ ਤੱਕ ਪੈਰਾਸਿਰ ਨਹੀਂ ਹੋ ਸਕੀ ਡਗਮਗਾਉਂਦੀ ਫਿਰਦੀ ਹੈ ਇਹ ਮਾਮਲਾ ਹੋਰ ਜ਼ਿਆਦਾ ਤੂਲ ਫੜ ਸਕਦਾ ਹੈ ਔਰ ਇਹਦੇ ਨਾਲ ਦੇਸ਼ ਦੀ ਆਰਥਿਕ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ ਭਾਰਤ ਆਪਣੀ ਜ਼ਰੂਰਤ ਦਾ ਕੁੱਲ 52.7% ਦੀ ਕਰੂਡ ਆਇਲ ਇਹਨਾਂ ਮੁਲਕਾਂ ਤੋਂ ਲੈਂਦਾ ਭਾਰਤ ਨੂੰ ਫੋਰਨ ਰਿਜ਼ਰਵ ਦਾ ਇੱਕ ਵੱਡਾ ਹਿੱਸਾ ਇਥੋਂ ਆਉਂਦਾ ਔਰ ਜਿਹੜਾ ਇਹ ਭਾਰਤ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਪੈਸਾ ਭੇਜਿਆ ਜਾਂਦਾ ਇਹਨਾਂ ਮੁਲਕਾਂ 'ਚ ਆਉਂਦਾ ਯੂਏਈ ਦੇ ਵਿੱਚੋਂ 26.9% ਆਉਂਦਾ ਅਮਰੀਕਾ 'ਚੋਂ 22.9% ਆਉਂਦਾ ਸਾਊਦੀ ਅਰਬ 'ਚੋਂ 11.6% ਆਉਂਦਾ ਕਤਰ ਤੋਂ 6.5% ਆਉਂਦਾ ਕੁਵੈਤ ਤੋਂ 5.5% ਆਉਂਦਾ Oman ਤੋਂ 3% ਆਉਂਦਾ ਬ੍ਰਿਟਨ ਤੋਂ 3% ਆਉਂਦਾ ਬਲੇਸ਼ੀਆ ਤੋਂ 2.3% ਕੈਨੇਡਾ ਤੋਂ 1% ਤੇ ਹਾਂਗਕਾਂਗ ਤੋਂ 0.9% ਆਉਂਦਾ ਜਿਹੜੇ ਬੁਲਕਾ ਤੇ ਸਭ ਤੋਂ ਜ਼ਿਆਦਾ ਜਿਹੜੇ ਪ੍ਰਵਾਸੀ ਨੇ ਉਹ ਜ਼ਿਆਦਾ ਪੈਸੇ ਭੇਜਦੇ ਨੇ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਪੈਸਾ ਆਉਂਦਾ ਚਾਈਨਾ ਤੋਂ ਵੀ ਜ਼ਿਆਦਾ ਪ੍ਰਵਾਸੀਆਂ ਦਾ ਇਹ ਉਥੇ ਸਾਡੇ ਜਿਹੜੇ ਕੰਮ ਕਰਨ ਗਏ ਕਾਮੇ ਨੇ ਉਹਨਾਂ ਦੇ ਵਾਸਤੇ ਵੀ ਮੁਸ਼ਕਲਾਂ ਖੜੀਆਂ ਕਰ ਦੇਣਗੇ ਜੀ ਜੇ ਉਥੋਂ ਦੀਆਂ ਕਿਉਂਕਿ ਉਹ ਵੀ ਕੱਟਣ ਨੇ ਆਪਣੀ ਜਗ੍ਹਾ ਦੇ ਉੱਤੇ ਜੇ ਉਹਨਾਂ ਕੰਪਨੀਆਂ ਨੇ ਇਹਨਾਂ ਨੂੰ ਬਾਹਰ ਦਾ ਰਾਹ ਦਿਖਾਤਾ ਤੇ ਉਹਨਾਂ ਨੂੰ ਨੌਕਰੀਆਂ ਕੌਣ ਦੇਊਗਾ ਜੀ ਕਿਆ ਮੂਰਖਤਾ ਭਰਿਆ ਬਿਆਨ ਇਹਨਾਂ ਨੇ ਜਿਹੜਾ ਜੀ ਉਹ ਦਿੱਤਾ ਇਹ ਸਿਰਫ ਇਹਨਾਂ ਨੂੰ ਪਾਰਟੀ ਤੋਂ ਬਾਹਰ ਕੱਢ ਕੇ ਤਾਂ ਨਹੀਂ ਸਰਦਾ ਉਹਨਾਂ ਦੇ ਉੱਤੇ ਮਾਮਲਾ ਦਰਜ ਕਰਕੇ ਤੁਰੰਤ ਇਹਨਾਂ ਨੂੰ ਜਿਹੜਾ ਨਹੀਂ ਅੰਦਰ ਡੱਕਿਆ ਜਾਣਾ ਚਾਹੀਦਾ ਤਾਂ ਕਿ ਇਹ ਅੱਗੋਂ ਇਸ ਤਰ੍ਹਾਂ ਦੀ ਝੱਗ ਜਿਹੜੀ ਆ ਜੀ ਉਹ ਨਾ ਸੁੱਟ ਸਕਣ ਬਿਲਕੁਲ ਜੀ ਵੱਡੀਆਂ ਕੁਰਸੀਆਂ ਤੇ ਬੈਠੇ ਨੇ ਵੱਡੇ ਲੋਕ ਤੇ ਲਾਂਬੂ ਲਾਉਣ ਵਾਲੇ ਬਿਆਨਾਂ ਤੋਂ ਇਹਨਾਂ ਨੂੰ ਗਰੇਸ ਕਰਨਾ ਚਾਹੀਦਾ ਫਿਲਹਾਲ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਦੇ ਹਾਂ ਤੁਹਾਨੂੰ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਧੰਨਵਾਦ ਜੀ ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਕੱਲ ਨੂੰ ਫਿਰ ਨਵੇਂ ਮੁੱਦਿਆਂ ਦੇ ਨਾਲ ਹਾਜ਼ਰੀ ਭਰਾਂਗੇ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਜੀ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ ਉਮੀਦ ਤੁਹਾਡੀ ਕੋਸ਼ਿਸ਼ ਸਾਡੀ